उम्रा थोड़ी हो गई ने। आवाज खोलो, तेन गोदी चुक लई है। दुकान खोली है, ऐसा नैश दाग नगरे उठ गई। मेनू वाला तो फड़ के बदोलो, चुक चुक के कन्ना दे विच मारो। नहीं मैं दसो भला तुसी मेनू किन्ना प्यार कर दे हो। मैं तुहानू जिन्ना मान ना करी दा। जो मर्जी कर, तेन किसी ने पूछना। चलो मर्दा यूरोप दौरत चल दिया, सारे मुल्क तरक्की कर गए। अगे जिथे दो दो औरत मिल ना, ला गया अगे सत सत भाई फसे हो। ड्राइवर ड्राइवर बहना दुकान खोल देना नाई रश हों, तुसी दुकान पाओ 5 बजे रश लगाओ। कोई बंदा घर शेव भी ना करे, हर बंदा कवे भाजी इथो ही शेव कराने, और तुसी जिहड़े शेव करन लगो अगला पता यार चौकीदार नहीं लंघे। मैं अंब भी कट के रखे। मसा मसा इतने शिफ्ट हो सू फिर नानी घर ले जाना। तू ईमान नाल है ही चोर, तू तो मेरा
ਤੇਰੀ ਸ਼ਕਲ ਹੀ ਚੋਰਾਂ ਵਾਲੀ ਆ ਤੂੰ ਚੋਰ ਆ ਯਾਰ ਪਿੰਡ ਦੇ ਵਿੱਚ ਜਦੋਂ ਮਸਜਿਦ ਦੇ ਗੱਲੇ ਤੋਂ ਤੀਲੇ ਨਾ ਪੈਸਾ ਕੱਢਦਾ ਪਿਆ ਹੈ ਉਹ ਤੇ ਮੈਂ 50 ਪਾਏ ਸਨ 40 ਕੱਢਣ ਡਿਆ ਸਾਂ ਆ ਤੂੰ ਚੋਰ ਆ ਮੈਨੂੰ ਪਤਾ ਤੂੰ ਚੋਰ ਆ ਮੈਂ ਓਏ ਇਸ ਤਰ੍ਹਾਂ ਨਾ ਕਰ ਮੇਰੇ ਕੋਲ ਤੇ ਸੂਟ ਵੀ ਇੱਕੋ ਹੀ ਹੈ ਓ ਤੂੰ ਵੀ ਚੋਰ ਨਹੀਂ ਤੇ ਫੇਰ ਚੋਰ ਕਿੱਥੋਂ ਆ ਮੈਂ ਚੋਰ ਨੂੰ ਆਪਣੀਆਂ ਅੱਖਾਂ ਨਾਲ ਇਧਰੋਂ ਆਉਂਦਿਆਂ ਵੇਖਿਆ ਇਧਰੋਂ ਉਹ ਬਗੈਰਤਾ ਇਧਰੋਂ ਤੇ ਮੈਂ ਆਇਆ ਤੇ ਮੈਂ ਚੋਰ ਨੂੰ ਉਧਰੋਂ ਆਉਂਦੇ ਵੇਖਿਆ ਓਏ ਉਧਰੋਂ ਮੈਂ ਆਇਆ ਤੇ ਫੇਰ ਤੂੰ ਵੀ ਚੋਰ ਨਹੀਂ ਮੈਂ ਵੀ ਨਹੀਂ ਚੋਰ ਕਿੱਥੋਂ ਆ ਗਿਆ ਪੁੱਤਰ ਇੰਜ ਕਰ ਤੂੰ ਜਾ ਕੇ ਅੰਦਰ ਚੋਰ ਨੂੰ ਵੇਖ ਅੱਛਾ ਤੇ ਚੋਰ ਨੂੰ ਫੜ ਲੈਣਾ ਹੀ ਠੀਕ ਹੈ ਕਿਉਂਕਿ ਚੋਰ ਨੇ ਨਹੀਂ ਤੇ ਮੈਨੂੰ ਫੜ ਲੈਣਾ ਮੇਰੀ ਗੱਲ ਸੁਣ ਤੂੰ ਵੀ ਚੋਰ ਨੂੰ ਵੇਖ ਕੇ ਚੋਰ ਦਾ ਹੋ ਜਾਏ ਓ ਭਾਈ ਚੋਰ ਇੱਧਰ ਤੂੰ ਆ ਤੇ ਚੋਰ ਕਿਹੜਾ ਚੋਰ ਦੱਸੋ ਸਾਨੂੰ ਅਸੀਂ ਕਦੀ ਚੋਰ ਨਹੀਂ ਵੇਖਿਆ ਕਿਹੜੇ ਚੋਰ 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 ਕਿੱਥੇ ਚੋਰ ਤੂੰ ਚੋਰ ਹੈ ਕਿਹੜਾ ਚੋਰ ਤੂੰ ਚੋਰ ਓਏ ਤੇਰੀ ਸ਼ਕਲ ਹੀ ਚੋਰ ਆ ਲਈ ਇਹ ਨਾਮ ਬਰਾਦਾ ਕਿੱਥੇ ਵੇਖਿਆ ਚੋਰ ਬਾਹਰ ਵੇਖਿਆ ਬਾਹਰ ਆ ਪੁੱਤਰ ਬਾਹਰ ਚਲੋ ਬਾਹਰ ਇੱਕ ਮਿੰਟ ਸਬਰ ਕਰ ਚੋਰ ਤੇ ਬਾਹਰ ਹੈ ਸਾਨੂੰ ਤੂੰ ਬਾਹਰ ਭੇਜਣ ਦੇ ਤੇ ਆਪ ਮੇਰੀ ਧੀ ਦੇ ਕਮਰੇ 'ਚ ਜਾਣ ਦਿਆਂ ਤੂੰ ਮੈਂ ਕਦੋਂ ਆਇਆ ਤੇਰੇ ਕੋਲ ਕਾ ਉਹ ਤੂੰ ਕੁਆਟਰਾਂ 'ਚ ਨਹੀਂ ਰਹਿੰਦਾ ਆਓ ਠੀਕ ਤੇ ਤੈਨੂੰ ਆਵਾਜ਼ ਕਿਸ ਤਰ੍ਹਾਂ ਪਹੁੰਚ ਗਈ ਚੋਰ ਚੋਰ ਦੀ ਦਿਲ ਦੇ ਰਸਤੇ ਕੀ ਮਤਲਬ ਹੈ ਚੋਰ ਦੇ ਵਿੱਚ ਦਿਲ ਦਾ ਰਸਤਾ ਕਿੱਥੋਂ ਆ ਗਿਆ ਦੇਖੋ ਭਾਜੀ ਕੋਈ ਦਿਲ ਦਾ ਚੋਰ ਹੁੰਦਾ ਕੋਈ ਸ਼ਕਲੋਂ ਚੋਰ ਹੁੰਦਾ ਕੋਈ ਮਲੇਸ਼ੀ ਦਾ ਚੋਰ ਹੁੰਦਾ ਕੋਈ ਕੁੱਤਾ ਚੋਰ ਹੁੰਦਾ ਕੀ ਮੈਂ ਕਿਹਾ ਮੈਂ ਤੁਹਾਨੂੰ ਕਦੀ ਚੋਰੀ ਕੀਤਾ ਨਹੀਂ ਪਤਾ ਹੈ ਤੂੰ ਇਸ ਘਰ 'ਚ ਆਇਆ ਕਿਵੇਂ ਮੈਂ ਅਕੀਲ ਨੂੰ ਮਿਲਣ ਆਇਆ ਉਹ ਸਕੀਲ ਨੂੰ ਜਿਹੜਾ ਨਾਮ ਮੁਰਾਦ ਮੇਰੇ ਜੀਜਾ ਜੀ ਦੀ ਰਕਮ ਤੇ ਰਾਜ ਕਰਨ ਡਿਆ ਤੁਹਾਡੇ ਭਨੋਈਏ ਦਾ ਭਤੀਜਾ ਜਿਹੜਾ ਤਮੀਜ਼ ਦਾ ਨਾਮ ਉਹ ਕਿੱਥੋਂ ਭਤੀਜਾ ਹੈ ਉਹ ਤੇ ਚੌਧਰੀ ਸਾਹਿਬ ਦੇ ਦੂਰ ਦਾ ਰਿਸ਼ਤੇਦਾਰ ਹੈ ਉਹ ਚੌਧਰੀ ਸਾਹਿਬ ਨੂੰ ਰਹਿਮ ਕਰਕੇ ਘਰ ਰੱਖਿਆ ਤੋ ਦੋ ਵਕਤ ਦੀਆਂ ਰੋਟੀਆਂ ਪਾੜਨ ਦੇ 10 ਖਾ ਲਿਆ ਓਏ ਓਏ ਆ ਦੋ ਵਕਤ ਦੀਆਂ ਰੋਟੀਆਂ ਖਾਂਦੇ ਤਾਂ ਫੇਰ ਕੀ ਆ ਕੁੱਤੇ ਵਾਂਗਰ ਤੁਸੀਂ ਉਹਦੇ ਕੋਲ ਕੰਮ ਲੈਂਦੇ ਹੋ ਮੈਂ ਗਿਆ ਆਪਣਾ ਭੈਣ ਦੇ ਘਰ ਭਰਾ ਕੌਣ ਹੁੰਦਾ ਭੈਣ ਦੇ ਘਰ ਭਰਾ ਬਾਦਸ਼ਾਹ ਬਾਦਸ਼ਾਹ ਹਾਂ ਇਹ ਬਾਦਸ਼ਾਹ ਅੱਜ ਕੱਲ੍ਹ ਕੀ ਪੁੱਛ ਰਹਾ ਰਹੇ ਹੋਂ ਡੇ ਓਏ ਘਰ ਦੇ ਵਿੱਚ ਚੋਰ ਆਇਆ ਤੇ ਤੂੰ ਆਪਣੀ ਪਈ ਆ ਓਏ ਯਾਰ ਚੋਰ ਆਇਆ ਤੇ ਅਸੀਂ ਚੱਲੇ ਅੰਦਰ ਸ਼ੀਸ਼ੇ ਦੇ ਹਾਂ ਤੇ ਖਲੋਨੇ ਆ ਵੇਨੇ ਸ਼ੀਸ਼ਾ ਸੱਚ ਕਿਨੂੰ ਬੋਲਦਾ ਸੱਚ ਮੈਂ ਤੇ ਕੱਲ ਵੇਖਿਆ ਮਜਿਸਟਰੇ ਲੱਗਣਾ ਤੂੰ ਆਹੋ ਤੇਰੀ ਡਿਊਟੀ ਕੀ ਕੂੜੇ ਤੇ ਲੱਗਦੀ ਏ ਓਏ ਤੂੰ ਸਾਰੇ ਦਾ ਕਈ ਮੈਂ ਤਾਂ ਓਏ ਸਾਡੇ ਦੀ ਸਾਰੇ ਓਏ ਸਾਡੀ ਮਿਸਟਰੀ ਕਰੇਗਾ ਜਦੋਂ ਦੀ ਇਸ ਘਰ 'ਚ ਮੁਲਾਜ਼ਮ ਹੋਈਆਂ ਨਾ ਦਿਨ ਨੂੰ ਚੈਨ ਨਾਲ ਰਾਤ ਨੂੰ ਆਰਾਮ ਹੈ ਹਰ ਵੇਲੇ ਨਾ ਦੀਆਂ ਗੱਲਾਂ ਸੁਣਦੇ ਰਹੋ ਬਿੱਲੀ ਜੀ ਬੇਗਮ ਸਾਹਿਬਾ ਜੀ ਜੀ ਇੱਕ ਘੰਟੇ ਤੋਂ ਤੁਮੇ ਆਵਾਜ਼ਾਂ ਦੇ ਰਹੀ ਹੋ ਕਾ ਮਰ ਗਈ ਜੀ ਤੁਮ ਬੀਬੀ ਜੀ ਤੁਸੀਂ ਦੋ ਆਵਾਜ਼ਾਂ ਦਿੱਤੀਆਂ ਨੇ ਤੇ ਮੈਂ ਆ ਗਈ ਆ ਕੱਲੀ ਮੇਰੀ ਜਾਨ ਤੇ 1000 ਰੁਪਏ ਤੋਂ ਕੰਮ ਕਰਨੇ ਪੈਂਦੇ ਨੇ ਕੌਣ ਤੇ ਫਾਲਤੂ ਤੁਮੇ ਕੰਮ ਕਰਨੇ ਪੜ ਗਏ ਇਸ ਤਰ੍ਹਾਂ ਦੇ ਚੀਪ ਰਹੀ ਹੋ ਸਭ ਤੋਂ ਪਹਿਲੇ ਮੈਂ ਆਪਣੇ ਕੱਪੜੇ ਇਸਤਰੀ ਕੀਤੇ ਫਿਰ ਮੈਂ ਕੱਪੜੇ ਪਾਏ ਫਿਰ ਮੈਂ ਪਰਾਂਦੇ ਪਾਏ ਫਿਰ ਮੈਂ ਸੁਰਮੀ ਲਾਈ ਫਿਰ ਮੈਂ ਸੁਰਮਾ ਲਾਈ ਫਿਰ ਮੈਂ ਤੁਹਾਨੂੰ ਸਾਹਮਣੇ ਆਈ ਇਹ ਸਭ ਤੋਂ ਤੁਮਨੇ ਆਪਣੇ ਕੰਮ ਕਿਉਂ ਆ ਗਏ ਮੇਰਾ ਕੌਣ ਸਾ ਕੰਮ ਕਰਕੇ ਆ ਰਹੀ ਹੋ ਬੀਬੀ ਜੀ ਤੁਹਾਡੇ ਮੈਂ ਬੜਾ ਹੀ ਕੰਮ ਕੀਤੇ ਨੇ ਮਤਲਬ ਕੌਣ ਕੌਣ ਸੇ ਪਰਸੋਂ ਜਿਹੜਾ ਸ਼ੇਖ ਸਾਹਿਬ ਨੂੰ ਰੁਕਾ ਦਿੱਤਾ ਸੀ ਬਿੱਲੀ ਕੀ ਕਿਆ ਬਕ ਰਹੀ ਹੋ ਤੂੰ ਮੈਂ ਮਰ ਗਿਆ ਹੈ ਓ ਸ਼ਾਨੀ ਦਾ ਪੁੱਤਰ ਨੇ ਮੁਝਾ ਸਲਾਮ ਅਲੈਕ ਮੈਂ ਮੇਰੀ ਕੀ ਹੋਆ ਭਾਈ ਓ ਸ਼ਾਨੀ ਨੇ ਮੇਰੀ ਜ਼ਿੰਦਗੀ ਹਿਸਾਬ ਬਣਾਤੀ ਨਾ ਮੁਰਾਦ ਮੇਰੀ ਅੱਖਾਂ ਦੇ ਸਾਹਮਣੇ ਮੇਰੀ ਧੀ ਦੇ ਕਮਰੇ 'ਚ ਨਿਕਲੇ ਤੇਰੀ ਧੀ ਦੇ ਕਮਰੇ 'ਚੋਂ ਨਿਕਲੇ ਡੁੱਬ ਕੇ ਮਰ ਜਾ ਬਗਾਰਤਾ ਐ ਹਮਾਸ਼ ਦਾ ਬਿਲੀਏ ਓ ਨਾ ਮੁਰਾਦ ਮੇਰੀ ਧੀ ਦੇ ਕਮਰੇ 'ਚ ਨਿਕਲੇ ਤੇ ਆ ਫਿਰ ਹੌਲਾ ਪਾਤਾ ਸੁ ਚੋਰ ਚੋਰ ਚੋ ਮੈਂ ਉਹਦੇ ਮਗਰ ਇੰਨਾ ਨਸ਼ਾ ਕੁਆਟਰ ਦੇ ਵਿੱਚ ਵੜ ਗਿਆ ਯਾ ਅੱਲਾ ਮੇਰੀ ਧੀ ਨੂੰ ਆਪਣੀ ਅਮਾਨ 'ਚ ਰੱਖੀ ਗੁੱਡੋ ਅੱਬਾ ਜੀ ਮੈਂ ਸਦਕੇ ਅੱਬਾ ਜੀ ਅੱਬਾ ਜੀ ਅੱਬਾ ਜੀ ਪੁੱਤਰ ਉਹ ਨਾ ਕਮਰੇ 'ਚ ਦੁੱਧ ਪਿਆ ਸੀ ਉਹ ਕੌਣ ਪੀ ਰਿਹਾ ਹੈ ਮੈਂ ਪੀਤਾ ਸ਼ੁਕਰੇ ਜ਼ਾਇਆ ਨਹੀਂ ਹੋਇਆ ਕਿਉਂ ਕੁੱਤਾ ਨੂੰ ਮਾਰ ਗਿਆ ਸੀ ਮੈਂ ਕਿਹਾ ਸਲਾਮ ਪੁੱਪਾ ਜੀ ਵਾਲੇਕੁਮ ਅਸਲਾਮ ਗੁੱਡੋ ਜੀ ਪੁੱਪਾ ਜੀ ਕਹਾਂ ਜਾ ਰਹੀ ਹੋ ਮੈਂ ਨਾ ਪੁੱਪਾ ਜੀ ਪਿੱਛੇ ਕਵਾਟਰ 'ਚ ਚੱਲੀ ਆ ਸ਼ਾਨੀ ਦੀ ਭੈਣ ਦਾ ਜੀਆ ਨੂੰ ਮਿਲਣ ਗੁੱਡੋ ਜੀ ਮੇਰੀ ਬਾਤ ਸੁਣੋ ਜੀ ਤੁਮ ਇਸ ਘਰ ਕੇ ਚੌਧਰੀ ਕੀ ਭਤੀਜੀ ਹੋ ਤੁਹਾਰਾ ਇਸ ਤਰ੍ਹਾਂ ਤੇ ਹਰੇ ਰੇ ਕਰੇ ਕੇ ਮੂਲਕ ਨਾ ਕੋਈ ਅੱਛੀ ਬਾਤ ਨਹੀਂ ਨੀ ਭੁੱਫੀ ਖਬਰਦਾਰ ਨਹੀਂ ਮੈਨੂੰ ਰੋਕਣ ਟੋਕਣ ਦੀ ਕੋਸ਼ਿਸ਼ ਕੀਤੀ ਤੇ ਮੈਂ ਹਮੇਸ਼ਾ ਉਹੀ ਕੀਤਾ ਜੋ ਮੇਰਾ ਦਿਲ ਕੀਤਾ ਆਪਣੀ ਧੀ ਨੂੰ ਤਾਂ ਕੁਝ ਕਹਿੰਦੀ ਨਹੀਂ ਜਿਹੜੀ ਲੋਰ ਲੋਰ ਫਿਰਦੀ ਰਹਿੰਦੀ ਹੈ ਖਬਰਦਾਰ ਜੇ ਮੈਨੂੰ ਕੁਝ ਕਿਹਾ ਤੇ ਦੇਖਾ ਦੇਖਾ ਭਾਈ ਜਾਨ ਆਪਣੇ ਆਪ ਕੀ ਇਹ ਬੇਦੀ ਕਿਤੀ ਮੂੰਹ ਦਾ ਰੱਖ ਲੈਂਦੀ ਹੋਵੇਂਗੇ ਅੱਬਾ ਜੀ ਮੈਂ ਸੱਚੀ ਕਮਰੇ 'ਚ ਮਿਲਕਸ਼ੇਕ ਪਿਆ ਸੀ ਉਹ ਕੌਣ ਪੀ ਗਿਆ ਉਹਦਾ ਮੈਂ ਨਹੀਂ ਪਤਾ ਪੁੱਤਰ ਲੱਗਦਾ ਸ਼ਾਨੀ ਜੀ ਪੀ ਗਏ ਹੋਣਗੇ ਹਾਂ ਸ਼ਾਨੀ ਉਹ ਸ਼ਾਨੀ ਜੀ ਦਾ ਪੁੱਤਰ ਘਰ ਮੇਰੀ ਜ਼ਿੰਦਗੀ ਉਹਨੇ ਦੇਰ ਕਰਤੀ ਏ ਮੈਂ ਜਦੋਂ ਦਾ ਤੇਰਾ ਵਿਆਹ ਚੌਧਰੀ ਨਾਲ ਕੀਤਾ ਹਰ ਬੰਦੇ ਦੀ ਜ਼ੁਬਾਨ ਹੀ ਬਦਲ ਗਈ ਏ ਕੋਈ ਕੋਈ ਬੋਲੀ ਬੋਲਣ ਡਿਆ ਕੋਈ ਕੋਈ ਬੋਲੀ ਬੋਲਣ ਡਿਆ ਸਿਰਫ ਮੈਨੂੰ ਸਮਝ ਆਉਂਦੀ ਏ ਤੇ ਤੇਰੀ ਆਉਂਦੀ ਏ ਅੱਛਾ ਮਾਮਾ ਜੀ ਭਾਈ ਜਾਨ ਤਰਾ ਉਹਨੇ ਵੀ ਸਮਝਾ ਦੇ ਆਪਕੋ ਕੀ ਸਮਝ ਆਈ ਉਹ ਨਹੀਂ ਆ ਬਸ ਇਹੀ ਤੇ ਮੇਰਾ ਰੋਣਾ ਹੈ ਬੀਬੀ ਜੀ ਮੇਰਾ ਗੁਫਾਨ ਕੁਛ ਤਾਂ ਬੋਲਦਾ ਜੋ ਤੂੰ ਮੇਰੀ ਸਮਝ ਹੀ ਨਹੀਂ ਆਉਂਦੀ ਤੂੰ ਮੈਨੂੰ ਸਮਝਾ ਦੇ ਕਰ ਮੈਂ ਤੇਰੀ ਸਾਰੀ ਸਮਝ ਆਉਂਦੀ ਏ ਹੈ ਮਾਮਾ ਜੀ ਇਸ ਤਰ੍ਹਾਂ ਨਾ ਕਰ ਮੈਂ ਤੇਰੇ ਮੁਤਲਕ ਬਹੁਤ ਕੁਝ ਸੋਚਿਆ ਭਾਈ ਜਾਨ ਮੈਨੂੰ ਆਪਕੀ ਸਾਰੀ ਸਮਝ ਆ ਰਹੀ ਹੈ ਇਹ ਕੀ ਕਰ ਰਹੇ ਆ ਮੈਂ
बिल्ली मैं तेरे नाल गल करनी सी। मैं जो छोटा जिहा होंदा सा ना मैनूं सारे घर वाले चूहा चूहा कहंदे सन, तू बिल्ली है ते मैं चूहा वा, मेरे ते इहो जिहा झपट्टा मार, मैनूं इंजॉय कर करके खा। मामा जी मैं बिल्ली जरूर हाँ, पर कभी आराम चीजा नूं मुंह नहीं लाया। बिल्ली बिल्ली चोर ने मेरा नाम लिया तू छड़ दिता। हाँ जी वही हिसाब होया ना तेरे मां प्यो वाला। वो किहड़ा? तेरे मां प्यो का विआह हो गया, तेरे प्यो दे कान च किसी ने मेरा नाम ला लिया, वो परा हो गई। अच्छा तेरे नाल जो भी बकुआ होएगा उसे को मेरा नाम लेगा तो छड़ दिया करेगा? पर तुझे सारी गल छड़ दे, तुझे ये दसो किन्नू का बाजा मारन दे? मेरे कमरे स्वेर दी किसी ने चाह नहीं पुछाई। ते तुहाडे कमरे दी ते चाह गुलखानी लेके आउंदा, ओ किथे गए? गुलखानू मैं रात दी छुट्टी करा दी। ओए तुझे बहुत वड्डी गलती कीती है, ओनू इत्थों नहीं जाना चाहिदा। क्यों? ओ अगर ओ इत्थों चला गया ते तुहाडा सारा कारोबार बंद हो जाना। यानी ये सितारे कहते? मेरे सितारे कहते हैं, वो तो अभी आजकल बड़ा लकी है, उन्हें रोको। यानी तेरा मतलब कोई भी हाल हो मैं उन्हें रोका? उन्हें रोकना है, उन्हें इस कार से बेच रखना है। उन्हें जान नहीं दे? उन्हें जान नहीं देना। ठीक है, ऐसा ही कर। वो नहीं इधर रहेगा, बस नौकरी छोड़ दिया तो छोड़ दिया। ये पक्षी चेक कर लो, नौकरी छोड़ दिया। नौकरी छोड़ दी, अब तुम मेरा मालिक नहीं है। बक्सी चेक करो, मैं चलो बक्सी चेक करो। यार तू मेरा पुत्र है? और कोई पुत्र नहीं, मैं तेरा, मैं गुलाम खान का पुत्र है। मेरे माँ का नाम मोतिया खान है। मोतिया खान का पुत्र? हाँ, मेरा ही पुत्र होया। क्या मतलब है? ओ मां तेरा मामू लग रहा। और कोई मामा नहीं लगता। बक्सी चेक करो, नौकरी छोड़ दिया बस। क्यों की होया यार, तेरे ने इतना प्यार कर दे, तू क्यों जाने? तेरा नाक क्यों कटा होया रहता है? तेनू अपने को बो आती है। इसने रात को मुझे बड़ा बुरा बात बोला है। ठीक है, इसने मुझे कहा हट आराम आराम का, मुझे गुस्सा नहीं लगा है, हट का बड़ा गुस्सा लगा है। बस नौकरी छोड़ दिया बक्सी चेक। अब काका मैं तेरा मजाक करना है? और तेरा मेरा कोई मजाक नहीं है। मेरी पहले शर्त मानो, फिर मैं तेरा मैं तनख्वाह मेरा 2500 बहुत तोड़ा है। 2500 तनख्वाह? आज तो तेरी तनख्वाह 6000। 6000 तनख्वाह कर दिया? बक्सी चेक कर लो, नौकरी छोड़ दिया। 2500 तो सीधा 6000 कर देते यार। अकल कर तू, 6000 लेके मैं गांव जाएगा, राह च डाका पै गया, कौन जिम्मेदार है? तुम चलो ज्यादा से ज्यादा 5.5 कर लो, कट्ठा 6 ही कर दिया। ओ यार ओ तन्नू ढाई चाहिए ना, तू 6 मेनू दे, ढाई ढाई करके ले ले। चल दौड़ो ओए, और चल बैठ जा। कोई और शर्त? मेरे पहले सारी शर्तें मानो, फिर इधर नौकरी करेगा। मसला कैसी शर्त है? मेरा नौकरी का टाइम सुन लो पहले, सुबह नाश्ते से आधा घंटा पहले मेरा नौकरी से छुट्टी हो जाएगा। अच्छा, नाश्ते के आधा घंटा बाद मेरा नौकरी शुरू हो जाएगा। दोपहर के खाने के आधा घंटा पहले मेरा नौकरी से छुट्टी हो जाएगा। दोपहर के खाने के आधा घंटा पहले बाद मेरा नौकरी शुरू होएगा। रात के खाने के आधा घंटा पहले मेरा नौकरी से छुट्टी हो जाएगा। रात के खाने के आधा घंटा बाद मेरा नौकरी शुरू होएगा। तो नौकरी जरूर करनी हो, सही रही जा। हम पठान आदमी है, हम मेहनत करके खाते हैं, आराम नहीं खाता। ये जो कुछ तू दस रहा है सारा मेहनत है, कमाल से। अगर ये मंजूर है तो ठीक है, वरना मेरा बक्सी चेक करो। मंजूर है मकान नंबर 10 सतगुरु श्री रही है। ਇਹ ਡਾਕਿਆ ਤੁਹਾਡਾ ਖਤ ਬਣਾ ਗਿਆ ਸੀ ਰੇੜੀ ਤੇ। ਠੀਕ ਹੈ ਭਾਈ, ਰੇੜੀ ਲੱਗਿਆ ਕੋ ਖਤ ਪਹੁੰਚਾ ਤਾ ਜਾ ਹੁਣ ਮਿਲ ਮੇਰੇ ਨਾਲ।
ਤਮੀਜ਼ ਨਾਲ ਗੱਲ ਕਰ, ਜਾਣਦਾ ਨਹੀਂ ਤੂੰ ਮੈਨੂੰ? ਤਮੀਜ਼ ਨਾਲ ਗੱਲ ਕਰੋ, 2-250 ਬੰਦਾ ਮੇਰੇ ਥੱਲੇ ਕੰਮ ਕਰਦਾ। ਉਹ 2-250 ਬੰਦਾ ਤੇਰੇ ਥੱਲੇ ਕੰਮ ਕਰਦਾ? ਹਾਂਜੀ। ਉਹ ਕਿਸ ਤਰ੍ਹਾਂ? ਜਿੱਥੇ ਮੇਰਾ ਨਾ ਥੱਲੇ ਫੈਕਟਰੀ ਹੈ, 2-250 ਬੰਦਾ ਕੰਮ ਕਰਦਾ। ਉਹ ਜਿੱਥੇ 2-250 ਬੰਦਾ ਕੰਮ ਕਰਦਾ, ਤੂੰ ਉਹਨਾਂ ਦੇ ਉੱਤੇ ਰਹਿੰਦੇ ਹੋਏ? ਆਹੋ। ਉਹਨਾਂ ਦਾ ਕੀ ਬਦਨਸੀਬੀ ਹੈ ਯਾਰ, ਉਹਨਾਂ ਦੇ ਉੱਤੇ ਇੱਕੋ ਬੰਦਾ ਕੰਮ ਕਰਦਾ ਹੋਏ। ਤੇਰੇ ਥੱਲੇ 2-250 ਬੰਦਾ ਕੰਮ ਕਰਦਾ ਨਾ, ਇਹਦੇ ਥੱਲੇ ਰੋਜ਼ 5-6 ਹਜ਼ਾਰ ਬੰਦਾ ਲੰਘਦਾ। ਕਿਆ ਮਤਲਬ ਹੈ ਉਹ ਤੇਰਾ? ਇਹਨੇ ਦਮੋਰੀਏ ਪੁੱਲ ਦੇ ਥੱਲੇ ਰਿਹਾਇਸ਼ ਰੱਖੀ। ਕਿਆ ਬਕਵਾਸ ਕਰਦਾ ਹੋਏ, ਦਮੋਰੀਏ ਪੁੱਲ ਦੇ ਰਿਹਾਇਸ਼ ਰੱਖਿਆ ਹੋਇਆ ਹੈ, ਰੇਲ ਗੱਡੀ ਮੇਰੇ ਵਿਹੜੇ ਚੋਂ ਲੰਘਦੇ ਹੋਏ। ਕੱਲ ਮੈਂ ਆਪ ਵੇਖਿਆ ਸੀ, ਇੰਜਨ ਤੁਹਾਡੇ ਖੁਰੇ 'ਚ ਫਸਿਆ ਸੀ। ਬਾਰਿਸ਼ਾਂ ਪਈਆਂ ਨੇ, ਘਾਹ ਤਿਲਕ ਕੇ ਮੂੰਹ ਤੇ ਆ ਗਿਆ। ਯਾਰ ਮੇਰੀ ਘੜੀ ਗੁਆਚੀ ਸੀ। ਕਿੱਥੇ ਗੁਆਚੀ ਸੀ? ਲਕਸ਼ਮੀ ਚੌਂਕ ਇੱਥੇ ਕੋਈ ਨਾ ਬੰਦੇ ਚਲਦੀ ਸੀ ਨਾ। ਹੁਣ ਸਾਡਾ ਘੜਿਆਲ ਗੁਆਚਿਆ, ਅਸੀਂ ਜਾ ਕੇ ਫੈਸਲਾਬਾਦ ਲੱਭੀਏ। ਤੇ ਨਾਲੇ ਗੱਲ ਸੁਣ, ਜਿੱਥੇ ਚਲਦੀ ਸੀ ਨਾ ਉੱਥੇ ਜਾ ਕੇ ਲੱਭ। ਉਹ ਜਿੱਥੇ ਚਲਦੀ ਸੀ ਉੱਥੇ ਨਾ ਜਾਈ, ਉਹ ਤੇ ਹੁਣ ਪੁਲਿਸ ਬੈਠੀ ਹੋਣੀ। ਉਹਨਾਂ ਦੇ ਘੜੇ ਦੀਆਂ ਸੂਈਆਂ ਇੱਧਰ ਉੱਧਰ ਕਰਦੀਆਂ ਹੋਣ, ਖਾਲੀ ਚਾਬੀ ਲੱਭੇਗੀ। ਉਹ ਮੈਂ ਪਛਾਣ ਲਿਆ ਭਾਈ। ਪਛਾਣ ਲਿਆ? ਆਹੋ। ਤੇਰਾ ਭਲੋਈਆ? ਉਹ ਨਹੀਂ, ਮੈਂ ਪਛਾਣ ਲਿਆ। ਅੱਛਾ, ਉਹ ਉਹੀ ਨਹੀਂ ਜਿਹੜਾ ਮੁਸਹਰਤ ਸ਼ਹੀਦ ਨੇ ਜਲਸਿਆਂ 'ਚ ਨਾਰੇ ਮਾਰਦਾ ਸੀ, ਮੇਰੀ ਭੈਣ ਕੋ ਵੋਟ ਦਿਓ, ਮੇਰੀ ਭੈਣ ਕੋ ਵੋਟ ਦਿਓ। ਪਾਗਲ ਆਦਮੀ, ਖਬਰਦਾਰ, ਉਸਕੋ ਮੇਰਾ ਬੈਠ ਬੋਲਾ, ਉਹ ਤੁਹਾਰਾ ਆਉਣੇ ਵਾਲਾ ਭਾਬੀ ਹੈ। ਔਰ ਇਹ ਖਿਆਲ ਸਾਰੇ ਪਠਾਣਾ ਦਾ। ਉਹਨੇ ਤਾਂ ਬੜੀਆਂ ਤਕਰੀਰਾਂ ਕਰਦਾ ਸੀ, ਹਮਾਰੀ ਭੈਣ ਕੋ ਇੰਤਖਾਬੀ ਨਿਸ਼ਾਨ ਮਿਲਾ ਹੈ ਸਾਈਕਲ, ਆਪ ਸਾਈਕਲ ਕੋ ਵੋਟ ਡਾਲੋ, ਹਮ ਆਪਸੇ ਵਾਅਦਾ ਕਰਤਾ ਹੈ, ਕਹੀਂ ਵੀ ਫੰਕਸ਼ਨ ਹੁਆ, ਹਕੂਮਤ ਮੁਫਤ ਨਾਚੇਗੀ। ਮੇਰੀ ਗੱਲ ਸੁਣ, ਚੇਂਜ ਦੀ ਗੱਲ ਹੈ ਨਾ, ਉਹਦੇ ਟੈਗ ਟੂਗ ਬਦਲਵਾ ਸੀ, ਉਹਨੂੰ ਮੋੜ ਲਾਵਾਂਗੇ। ہمارے ساتھ والے بڑے بغیرت ہیں، ایڈی ماں کہتی ٹھیک ہے بیٹا، کل سے ہم بھی ہو جائیں گے۔ اے کہنے دی امی آج سے، اے کہنا نہیں امی آج سے، کہنا نہیں امی ہم شروع سے۔ اور چودھری صاحب کہنے نہیں امی ہم تو پچھو سے۔ ایڈی امی دی مشہوری دیکھیے، ایڈی امی اپنی ہمسائی نو کہہ رہی ہوں گی، پہلے آزماؤں گی پھر اور لاؤں گی۔ ਮਾਸ਼ਾਅੱਲਾ ਆਪਣਾ ਬੇਟਾ ਬੜਾ ਖੂਬਸੂਰਤ ਹੈ, ਇਹਦੀ ਮਾਂ ਕਹਿੰਦੀ ਹਬੀਬ ਕਾ ਕਮਾਲ ਹੈ। ਉਸ ਤੋਂ ਬਾਅਦ ਇਹਦੀ ਅੰਮੀ ਦੀ ਮਸ਼ਹੂਰੀ ਚੱਲਦੀ, ਉਹਨੇ ਇਹਨੂੰ ਚੁੱਕਿਆ ਹੁੰਦਾ, ਇੱਕ ਆਵਾਜ਼ ਆ ਕੇ ਕਹਿੰਦੀ ਹੈ ਭੈਣ ਆਪਕਾ ਬੇਟਾ ਬੜਾ ਬਦਸੂਰਤ ਹੈ, ਉਹ ਕਹਿੰਦੀ ਭੈਣ ਚਰਸ ਕਾ ਕਮਾਲ ਹੈ। ਫਿਰ ਚੌਧਰੀ ਦੀ ਅੰਮੀ ਕੋਲ ਵੀ ਆ ਕੇ ਇੱਕ ਦਿਨ ਆਣੀ ਕਹਿੰਦੀ ਹੈ ਆਪਕਾ ਬੱਚਾ ਬੜਾ ਗੰਜਾ ਹੈ, ਇਹਦੀ ਅੰਮਾ ਕਹਿੰਦੀ ਹੈ ਛਿੱਤਰੋਂ ਕਾ ਕਮਾਲ ਹੈ। ਮੈਨੂੰ ਡਿੱਗਣ ਦਾ ਇੰਨਾ ਮਜ਼ਾ ਨਹੀਂ ਆਇਆ, ਬੜਾ ਮਜ਼ਾ ਆਇਆ। ਮੈਂ ਇਹਦੀ ਆਪੇ ਦੀ ਮਸ਼ਹੂਰੀ ਵੇਖੀ। ਅੱਛਾ।
ਸਾਡੇ ਵੇੜੇ 'ਚ ਚੱਲਦੀ ਹੋਏ। ਹੌਸਲੇ ਨਾਲ ਸੀ, ਹੌਸਲੇ ਨਾਲ, ਹੌਸਲੇ ਨਾਲ ਸੀ। ਉਹ ਚੱਲ ਤੋੜ ਇਹਨਾਂ ਦੀ ਮਸ਼ਹੂਰੀ ਚੱਲਦੀ। ਹਾਂ ਇਹਦੀ ਅੰਮਾ ਨੇ ਇਹਨੂੰ ਦੱਸਿਆ ਮੇਰੇ ਅੱਪੇ ਦੀ ਮਸ਼ਹੂਰੀ ਚੱਲਦੀ। ਹੌਸਲੇ ਨਾਲ ਸੁਣ, ਹੌਸਲੇ ਨਾਲ, ਗੁੱਸੇ ਨਾ ਹੋਇਆ ਕਰ, ਹੌਸਲੇ ਨਾਲ। खंबे पिछो निकल के करता मशहूरी देखिए। वैसे इसकी अम्मी की मैं मशहूरी देखनी है, इसकी अम्मी की मशहूरी सोहनी बड़ी है यार। ऐसा अच्छा स्वेटर होती है ना इसकी अम्मी, मैं तुम्हें दस देता। इसकी अम्मी की मशहूरी तुम देखी नहीं सही यार, तुम्हारी अम्मी है जो मशहूरियां चलती हैं। वो भी अम्मी वेली बैठी रहती है, वो भी अम्मी की भी मशहूरी दसो। भाई गाली उड़े सारी अम्मी की भी चलती है, कलोर का बर्ची खाना। चौधरी साहब की मशहूरी चलती है रेडियो, चलती रेडियो, रेडियो चौधरी साहब की मशहूरी चलती है। किसान भराओ अपनी फसलों को सूरा तो बचाओ। ऐसी मशहूरी अम्मी की तो बिच रह गई। एक नहीं, दो नहीं, आइए और एक साल में इकट्ठे चार बंपर प्राइस लीजिए। ਵਰਲਡ ਕੱਪ ਨਹੀਂ ਲੱਗਾ ਸੀ, ਕੋਈ ਖਿਡਾਰੀ ਆਊਟ ਹੋ ਕੇ ਆਉਂਦਾ ਸੀ, ਪਿੱਛੋਂ ਨਿਕਲ ਕੇ ਕਰਦਾ ਸੀ। ਓਏ ਤੂੰ ਆ ਕੇ ਰੋਂਦਾ ਸੀ ਓਏ, ਲੜਤੀ ਆ ਫਾਈਨਲ ਵਿੱਚ ਘੜੀ ਘੜੀ ਆਉਂਦਾ ਰਹੇ ਓਏ। ਉਹ ਖਾਨ ਸਾਹਿਬ ਦੀ ਵੀ ਮਸ਼ਹੂਰੀ ਟੀਵੀ ਤੇ ਚੱਲੀ। ਉਹ ਕਿਹੜੀ? ਇਹ ਦੌੜੇ ਦੌੜੇ ਪਹਿਲੇ ਇੱਧਰ ਜਾਂਦੇ ਨੇ, ਫਿਰ ਦੌੜੇ ਦੌੜੇ ਇੱਧਰ। ਇੱਕ ਬੱਚਾ ਆ ਕੇ ਪੁੱਛਦਾ ਹੈ, ਵਸੀਮ ਭਾਈ ਆਪ ਥੱਕਤੇ ਨਹੀਂ? ਇਹ ਕਹਿੰਦੇ ਨਹੀਂ, ਮੈਂ ਸਾਦਾ ਸਿਗਰਟ ਨਹੀਂ ਪੀਤਾ। मशीन भी ना चलती हो, मशहूरी चलाई जाती। नौकरी छोड़ दिया मैंने, इधर नौकरी नहीं करना, पक्षी चेक कर लो। वो मैंने अपने गांव में बताया हुआ, मैं इधर बड़ा अमीर आदमी। तू अमीर ही है? ओ यार मेरी बहन का ससुराल इधर मुझे मिलने के लिए आ रहा है, अगर वो देखेगा मैं इधर नौकर लगा हुआ, बड़ा बेइज्जती होएगा। बक्सी चेक करो फटाफट। है नौकरी छोड़ दिया। मेरे ज़हन में एक आईडिया आया। क्या आईडिया आया? जो तेरे मेहमान आएंगे उन्होंने दिना से असी तेरे नौकर बन जाएंगे, तुम्हारा बन। उन्होंने दिना से नौकर बनो, वो भावे हुणे आ जाण, हुणे नौकर बनना तो ठीक है, नहीं तो मैं नौकरी। ओ यार जो मैंने चाहे तुम्हारे लिए बनाया था वो अब मेरे लिए लेके आओ। चलो वो इधर किधर जा रहा है? तुम अब नौ करो, सर्वेंट क्वार्टर में जाओ, इधर मैं जाया करेगा। चलो बिल्ली खान मैं तुम अभी बेवा हो चला था, ओ किस तरह? मैं वापिस पहाड़ों पे जा रहा था, फिर तुम्हारी मोहब्बत ने मुझे रोक लिया। बिल्ली खान हमारा मुलाकात इसलिए नहीं होता, तुम बेगम साहिबा का नौकर, मैं साहब का नौकर, एक बंदे का नौकर, एक
पैर मुलाकात होएगा ना बिल्ली खान। मैं खाली बिल्ली नहीं, बिजली भी हूं। तुम बिजली है? हाँ। ये तो बहुत बुरा बात है। हम घर वापिस आए आगे लोड शेडिंग हुआ होएगा, पैर कौन जिम्मेदार? हम जनरेटर ले आए, तुम बोले हमारा सौकर ले आया। मैं नहीं कहती। अच्छा, मैं कोई पठान? दुकान जी, क्या बात? मैं सर किधर ही लती नहीं लती। तू लाई का दोषी थोड़े लाई है। ते किधर गई सी? इतनी आई है सीधे, इतनी आई। हाँ। ते फिर की तो लतनी सी हो ठीक लग गया हो। गुलखान वो चाचा मदरा आ गया, दौड़ जो गया। जो चला चला मैं तो बुला ली। दिया जना वो रात पता नहीं किस वेले आ गया। और तन्नु आवाज सुनाई नहीं देती है? चल मेरे को चित्र ना कर, चल दौड़ो। पागला आदमी भी वो एयर कंडीशन मैंने नहीं लगाया। हाँ। वो तू पुटी साइड पे के समझ रहे हैं किसे पठान ने लाया होना, मैं नहीं लाया। पठान को इतना अकल होता है एयर कंडीशन का, कौन सा साइड लगाते हैं? ना मुराद उधर से हम ही तो लेके आते हैं, हमें नहीं पता कौन सा साइड लगा। आपे तो चले दौड़ो भाई, चलो दौड़ो। दिमाग खराब हो गया है, उधर ठीक से चलो गली गली आवाज लाना से। शुकर करो अल्लाह दा पठाने ते आके ताड़ियां मंजियां उन जान देने, वरना जिनियां तुसी तोड़ दे हो सारे पूंजे सुते हो। ना मुराद एक भी काम ते नहीं जाता, लस्सी पी के सुते रहते हैं सारे। चलो दौड़ो। ये तुम सोफे के ऊपर क्यों बैठे हो? और पठान दरख्त ते बैठता है, ये वाल कूले चढ़े हो ने किधरे तमाल पाड़ चली है? इतने माल पाड़ चली है तेरी माँ तो उस दिन गए। ये तो बड़ा तेज कूड़ी है, ये मरासियों का कूड़ा है ये। क्यों आज तेरी ढोलकी बचा गए हैं? वो ये तो पूरी बात करते हुए आज चौधरी नु कहना है बड़ा हो गया ना ब्याह कर रही हो तमीज ना कर। चल दौड़ो भाई, तू मेरे ही मगर पे आया है। मेरे मगर चुकर कर, तू तेरे मगर भी पिया हो या लड़ दिया? तेरे मगर ते कुत्ता नहीं पैंदा। समझाओ मगरमच्छ नू। देखो मेरे बेटी, आज अगर कोई भी काम हो गुलखान को नहीं बताना, अकील को बताना। मगर इसे क्यों नहीं बताना? अकील कहाँ है? वो तो गेट के ऊपर पहरा दे रहा है। डालू ले बुला कर लिया। मैं ठीक है, मैं आज तो अपना मुलाजिम अकील ही रखूंगा। एक गाल कान खोल के सुन रहा है इस काजी, या तू रवेगा या फिर तू ही रवेगा। जा जाके सदका दे जा। क्यों? जा सदका दे जा के पठान दे अगो लंग गया। जा सदका दे जा। दानती आदमी हम, पठान आदमी है, दुश्मन सामने से गुजरे डजा निकाल के डूस कर देता है। चले दौड़ो। चले दौड़ जाओ, मैं सारे रक्षी वाले कह देना है। तेनू किसी ने भी नहीं पाना, पैदल का चढ़ूंगा पे। बहुत अच्छा, बड़ी अच्छी ताड़ी लगाई। डरता नहीं मैं तो, मेरे डर से तो नीचे बैठ गया। डरता ऐसी बात नहीं करते। आप इसे क्या बताओ? इसे कहने की अलमारी के ऊपर मेरा लाल बैग पड़ा हुआ है, मुझे उतार के दे। क्या लाल बैग रहा है? वो मैंने नहीं उतारना, मैं मालिक लगे हुए हैं। ओए इतना काम, चलो दौड़ो। ओए इतना काम करके तो मालिक ना और थोड़ी हो जाता है। अच्छा इतना काम मालिक कर ली था। चलो मैं बैग उतार देता। चलो अंदर ओए, चलो चलो दौड़ो। अब मेरा बात सुनो ओए, अगर मेरा टेलीफोन आए तो उसको कह देना गुलखान पक्का मरूंगा। हैं गुलखान पगदा मारूंगा। गुलखान है? गुलखान
ਗੁਲਖਾਨ ਵਖ ਦੇ ਮੈਂ ਵਖ ਦੇ ਮੈਂ ਅੱਜ ਰੋੜਾ ਪੜ ਕੇ ਤੇਰੀ ਮੂੜ ਦੇ ਉੱਤੇ ਮਾਰ ਦੇਵੀ ਠੀਕ ਗੱਲ ਕੀਤੀ ਆਉਣੀ ਅਸਲਾਮ जनाब चौधरी साहब पछाणो मैं पछाण लिया मैं ताती नाराज होया चौदह साल बाद तू है कोई गल करने वाली है मैं क्या बगैर तो नहीं वेख्या बड़ी देर हो गई अज वेख ही आईए क्यों अब्बा जी फौत हो गए मैं तेरा पड़मिया वा मैं पछाणना पिया वा मैं कहना भी इन अरसे बाद क्यों इन्हें अरसे बाद असली आया वा तेरे नाल रिश्ता थे अपनी बुढ़ी से तेरी भैन ना सी ਜਦੋਂ ਦੀ ਉਹ ਮਰ ਗਈ ਤੇਰੇ ਵਰਗੇ ਦਾ ਮੂੰਹ ਵੇਖਣ ਨੂੰ ਦਿਲ ਹੀ ਨਹੀਂ ਕੀਤਾ ਇਹ ਤੇ ਉਹਦੇ ਨਾਲ ਕੀਤਾ ਹੋਇਆ ਵਾ ਤਾਂ ਨਿਭਾਉਣ ਲਈ ਮੈਂ ਆ ਗਿਆ ਵਾਂ ਆਪਣੀ ਧੀ ਨਜਮਾਂ ਦਾ ਵਿਆਹ ਆਪਣੇ ਪੁੱਤਰ ਸ਼ਕੀਲ ਨਾਲ ਕਰਨ ਆਇਆ ਮੈਂ ਤੇਰੀ ਅਮਾਨਤ ਮਹਿਫੂਜ਼ ਹੈ ਜਿਸਲੇ ਮਰਜ਼ੀ ਆ ਕੇ ਰਹੇ ਕਿਤੇ ਮੇਰਾ ਪੁੱਤਰ ਇਹ ਸ਼ਕੀਲ ਪੁੱਤਰ ਰਕਸ਼ਾ ਦੇ ਪੈਸੇ ਦੇ ਰਿਹਾ ਪੁੱਤਰ ਕਿੱਥੇ ਹੈ ਆਇਆ ਹੀ ਤਾਂ ਆ ਮੇਰਾ ਪੁੱਤਰ ਆ ਗਿਆ ਮੇਰਾ ਪੁੱਤਰ ਚੱਲ ਬੈਠ ਹਾਂ दस ਮਾਮੀ ਜੀ ਕਿਦਾਂ ਨੇ ਦੱਸ ਦੇ ਨੇ ਅੱਛਾ ਅਸਲਾਮ ਵਾਲੇਕਮ ਹਾਂਜੀ चाचे की बीवी है ना हाँ। बच्चे जमे नहीं ना नहीं ते जम्मो तुम्हें मेरे लाख दफा समझाया मेरे सामने मत आया करो सुबह सुबह तुम्हारी शक्ल देख के सारा दिन खराब गुजरेगा की चिकट चपेटते रहो तुम बरसात में धरती न दिन ऐसा ना करो थोड़ा थोड़ा खाओ कि मेरे कन्ना चो दंद निकले मैं नौकर नहीं चाचे के घर रहना चौधरी साहब से कह के देखो बेगम कौन आया की हाल हो गया
बहुत भैड़ा। मामी जी है कौन है कुत्तियां दी दौड़ी फर्स्ट वाले दा? कभी ताड़ी मेरी दौड़ हुई है? होई है, हमेशा तू ही फर्स्ट आया। शेरा दी दौड़, शेर लगा कुत्तिया, सूर लगा सूरा। चौधरी साहब ये मैं क्या देख रही हूँ, मेरे सामने आपके इंसल्ट किया जा रहा है। मैं अभी अभी मुझे इतना गुस्सा आएगा अभी मुझे ठहर के मैं इसको बता दूंगा। मजा आप पीछे हटिए से मैं बता देती हूँ। आओ अंदर चलिए। आप इनको मेहमानों को अंदर लेकर खाने पीने का बंदोबस्त कीजिए। भाभी जी ये कौन है बांदरियां का मुजरा कराने वाला? की तुहाडे परनाले ते चढ़ गई सी मेरी बांदरी? शुक्र कर तू भी शुक्र कर कोई नहीं आया। गुस्सा आएगा ना ये अंदर नाली है बह गई। मैं बड़ा पत्थर मूंह वेखो तो जुतियां मार। बड़ा बदतमीज हो गया तू की हो मैं तेन मैं कुत्तिया नहीं होंगी है तू चाचा जी होता मैं समझते नहीं भतीजा भतीजा नहीं तू मेरा मैं तेन नौकर समझ के इतने रखे जब मेरा भरा मर गया मेरे वास्ते तू भी मर गया। ले कोई नहीं मैं खून का रिश्ता वा कोई खून खून नहीं तेरा परसों खून टेस्ट करा बिचो खून निकले नहीं कांजी निकले कांजी निकली है ना बिचो हाथ मारना सी बिच गाजरा भी सन। तेन तो तेरी मां ने मजाक मजाक जमया से तू सीरियस ही हो गया। झांजरा पान रहे हो राती मुझे रहे। जी दो में जी 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 तरीका तन सारा पता होगा कि दसीए तेरी है चुलत मेरी धी दे नाल खलोवे यूसुफ जवाना दे सालिया तेरी है चुलत ना मुरादा और भैनों दे कुंगरू वेच के पतीसा खाण लिया कुत्ते बिल्ली दी सुलह करा के दूध पीण लिया तेरी है जुर्रत? कोई आए कोई आए हुए नहीं अब्बा जी आए की की कहता है मेरी धी नु काले इल्मा रब दा वास्ता दस दे की के अज तिकर मेरी धी नी रोई है दस दे की के तेरे के प्यो जान के रटा पा के पैसे ले लेंदे हुंदे कुछ भी नहीं किया की किया जो ओ लुक दे आ पकौड़िया की किया ही यार इन्हां नूं पुछ ले भाजी मैं कुछ दे एवें दा ओ भाजी मैं नहीं पता अब भाजी मैं मर जां ओ की कहता यार कपड़े दे इस्त्री ने ना की मैं इशारे नाल कुछ किया ऐ कादे वाट ने
ਐ ਵਾਟ ਇਜ਼ ਥਿਸ ਨੇ ਸਹੀ ਦੱਸ ਸਹੀ ਦੱਸ ਮਾਮਾ ਸੱਚ ਅੱਬਾ ਜੀ ਅੱਬਾ ਜੀ ਮੈਨੂੰ ਗੱਲ ਦੱਸ ਤੇ ਪੂਰੀ ਅੱਬਾ ਜੀ ਐ ਪੁੱਛ ਕੀ ਮੈਂ ਇੱਥੇ ਬੈਠਾ ਸੀ ਕੀ ਹੋਇਆ ਦੱਸ ਅੱਬਾ ਜੀ ਹਾਂ ਇੱਥੇ ਬੈਠਾ ਸੀ ਮੈਂ ਤੈਨੂੰ ਆਈ ਮੈਂ ਤੇ ਕੋਲ ਆਈ ਹਾਏ ਅੱਬਾ ਜੀ ਇਹਦੇ ਚ ਹਾਏ ਵਾਲੀ ਕਿਹੜੀ ਗੱਲ ਹੈ ਜੀ ਮੈਂ ਹਾਏ ਅੱਬਾ ਜੀ ਬੜਾ ਫੱਫਾ ਫੁੱਟਣਾ ਜਾ ਮੈਂ ਤੈਨੂੰ ਕੁਝ ਕਹਿੰਦੀ ਨਹੀਂ ਮੈਂ ਸਮਝੀ ਮੈਂ ਕਿਉਂ ਕੁਝ ਕਵਾਂ ਮੈਨੂੰ ਇੰਜ ਲੱਗਦਾ ਸੀ ਜਿਵੇਂ ਸਾਈ ਹੈਗਾ ਸਾਈ ਸੂਈ ਨਹੀਂ ਵਿੱਚੋਂ ਖੋਚ ਲਾਵਾਂ ਟਾਈਮ ਸਿਰ ਸਹੀ ਹੋ ਜਾਣਾ ਦੱਸ ਤੇ ਓਏ ਨਾ ਮੁਰਾਦਾ ਜੀ ਜੀ ਮੈਨੂੰ ਸਜ਼ਾ ਦੇਣਾ ਪੁੱਤਰ ਇੱਕ ਮਿੰਟ ਤੈਨੂੰ ਕੀ ਕੀ ਆਈ ਦੱਸ ਤੇ ਰੱਬ ਦਾ ਵਾਸਤਾ ਕੀ ਕੀ ਯਕੀਨ ਨਹੀਂ ਨਾ ਆ ਰਿਹਾ ਚੈੱਕ ਕਰ ਲੈ ਚੈੱਕ ਕਰ ਲੈ ਮੈਨੂੰ ਸੁੰਘ ਲੈ ਮੈਨੂੰ ਟਕਰਾ ਹੀ ਟਕਰਾ ਮਾਰਨੀਆਂ ਨੇ ਸਬਰ ਕਰ ਜਾਏ ਮਾਰਨਾ ਵੀ ਨਹੀਂ ਆਉਂਦਾ ਕਿਸ ਤਰ੍ਹਾਂ ਮਾਰੀ ਮਾਰਨਾ ਸਿੱਖ ਲਈਦਾ ਕਿਸੇ ਉਹ ਕਿਵੇਂ ਪੁੱਤਰ ਇੰਜ ਮਾਰੀਦਾ ਪੁੱਤਰ ਇਹ ਤੇ ਬਚਦੀ ਤੇ ਮੈਂ ਮਾਰੀ ਸੀ ਇੱਕਦਮ ਸਜ਼ਾ ਦਿੰਦੇ ਆ ਜਾਓ ਅੰਦਰ ਜਾ ਕੇ ਹੁੱਕਾ ਤਾਜ਼ਾ ਕਰ ਸਬਜ਼ੀ ਤਾਜ਼ਾ ਕਰੀਦੀ ਹੈ ਹੁੱਕਾ ਨਹੀਂ ਤਾਜ਼ਾ ਕਰੇਗਾ ਇਹ ਪੈਸੇ ਫੜ ਬਾਜ਼ਾਰੋਂ ਕੜਵਾ ਤੇਲ ਲੈ ਕੇ ਆ ਜਿਵੇਂ ਤੇਲ ਲੈ ਕੇ ਆਵੇ ਸਿੱਧਾ ਮੇਰੇ ਕਮਰੇ 'ਚ ਆ ਜਾ ਗੱਲ ਸੁਣੋ ਬੇਜੀ ਮੈਂ ਤੇਲ ਲਿਆ ਕੇ ਇੱਥੇ ਰੱਖ ਦੇਣਾ ਕੋਈ ਚੁੱਕ ਲੈਣਾ ਹੋਰ ਵੀ ਕੰਮ ਮੈਨੂੰ ਕਰਦੇ ਹੈ ਨੇ ਬੜੇ ਜੀ ਕਿੱਥੇ ਚੱਲਾਂ ਏ ਵੇਖ ਕੰਮ ਆ ਤੇਲ ਲੈਣ ਇਹਦੇ ਚ ਹਾਸੇ ਵਾਲੀ ਕੋਈ ਗੱਲ ਹੈ ਮਹਿੰਦੀ ਮੰਗਣੀ ਹੋ ਰਹੀ ਜਾਂ ਸ਼ਾਦੀ ਤੂੰ ਮੇਰੀ ਜੰਜ ਲੁੱਟਣੀ ਹੈ ਕਾਲੇ ਭੂ ਵਾਲਾ ਜਿਸ ਦਿਨ ਸਵੇਰੇ ਦੀ ਸ਼ਕਲ ਵੇਖ ਲਓ ਉਸ ਦਿਨ ਕੋਈ ਕੰਮ ਹੀ ਨਹੀਂ ਆਉਂਦਾ ਕਿਹੜਾ ਕੰਮ ਫਸਿਆ ਤੁਹਾਡਾ ਮਨੂ ਜਾਂ ਭੈੜੀ ਸ਼ਕਲ ਵਾਲਾ ਕਾਲਾ ਭੂ ਤੇਰੀ ਸ਼ਕਲ ਹੀ ਭੈੜੀ ਹੈ ਪੂਰੇ ਮੂੰਹ ਵਾਲਾ ਤੂੰ ਸ਼ਕਲ ਨਹੀਂ ਵੇਖੀ ਦੀ ਟੈਕਨੀਕਲੀ ਵੇਖੀ ਦਾ ਤੂੰ ਹੈ ਹੀ ਘਟੀਆ ਆਦਮੀ ਗੰਦੇ ਮੂੰਹ ਵਾਲਾ ਭੈੜਾ ਜਿਹਾ ਹਾਂ ਪਿੱਛੋਂ ਵੀ ਸੋਹਣੀ ਤੇਲ ਲਿਆਣਾ ਜੀ ਓਏ ਜੀ ਕਹਾਂ ਜਾ ਰਹੇ ਹੋ ਤੇਲ ਲੈਣ ਮੇਰਾ ਸਪੈਲ ਯਾਰ ਸਾਲੀ ਕਰ ਤੁਹਾਡੇ ਸਾਹਮਣੇ ਬੰਦਾ ਤੇਲ ਵੀ ਨਾ ਮੁਵਾਏ ਕਿਆ ਜ਼ਰੂਰਤ ਪੜ ਗਈ ਤੁਮੇ ਉਹ ਅੰਦਰਲੇ ਬੂਹੇ ਫਸ ਕੇ ਚੱਲਦੇ ਅੱਛਾ ਚਲੋ ਇਹ ਪੈਸੇ ਪਕੜੋ ਔਰ ਬਾਜ਼ਾਰ ਤੋਂ ਮੇਰੇ ਲਈ 5 ਰੁਪਏ ਲੈ ਕੇ ਆਓ ਤੁਹਾਡੇ ਤੇ ਉਹਦਾ ਨੌਕਰ ਨਹੀਂ ਮੈਂ ਰਸਤਾ ਦੇ ਤਾ ਉਹਨੇ ਕਿਹਾ ਤੂੰ ਲੰਘ ਜਾ ਮੇਰੀ ਖੈਰ ਕਿਹੜੀ ਦੁਕਾਨ ਤੋਂ ਕਿਸੇ ਤੋਂ ਵੀ ਲੈ ਆਓ ਮੁਝੇ ਦੁਬਾਰਾ ਰਿਸ਼ਤੇ ਕੀ ਬਾਤ ਕੀ ਨਾ ਮਾਰ ਮਾਰ ਕੇ ਬਹੁਤ ਮਜ਼ਾ ਚਖਾਂਗੇ ਯਾਦ ਕਰੋਗੇ ਚਲੋ ਠੀਕ ਹੈ ਬਦਤਮੀਜ਼ ਜ਼ਿਆਦਾ ਬੜਦਾ ਜਾ ਰਿਹਾ ਤੇਲ ਲਿਆਉਣਾ ਤੇ ਕੋਈ ਹੈ ਕੌਣ ਕੋਈ ਹੈ ਗਰਮੇ ਕੌਣ ਹੈ ਬੋਲਦਾ ਨਹੀਂ ਕੋਈ ਹੈ ਗਰਮੇ ਇਹ ਮੂੰਹ ਇਕੱਠਾ ਕੀਤਾ ਕੌੜੀ ਦਵਾਈ ਪੀ ਕੇ ਆਇਆ ਤੂੰ ਕੌਣ ਹੈ ਲਾਸ਼ਾਂ ਨੂੰ ਦਮ ਕਰਨ ਵਾਲਿਆ ਚੱਲ ਚੱਲ ਜਿਹੜਾ ਹੁੰਦਾ ਮੂੰਹ ਚੁੱਕ ਕੇ ਅੰਦਰ ਆ ਵੜਦਾ ਫਿਰ ਮੈਂ ਕਰਦਾ 10-20 ਹਜ਼ਾਰ ਕੱਢ ਕੇ ਤੇਰੇ ਮੂੰਹ ਤੇ ਮਾਰਾਂ ਲੇਕਿਨ ਭਾਣ ਹੀ ਨਿਕਲ ਲੈ ਤੈਨੂੰ ਮੇਰੀ ਪਰਸਨੈਲਿਟੀ ਵੇਖ ਕੇ ਡਰ ਕੇ ਆ ਰਿਹਾ ਖਾਲੀ ਬੋ ਸ਼ੁਰੂ ਹੋਈ ਇਸ ਤੋਂ ਪਹਿਲਾਂ ਕਿ ਤੂੰ ਮੈਨੂੰ ਪੁੱਛੇ ਕਿ ਮੈਂ ਕੌਣ ਦੱਸ ਤੂੰ ਕੌਣ ਹੈ ਤੈਨੂੰ ਮੈਂ ਦੱਸਣਾ ਕਿ ਮੈਂ ਕੌਣ ਹਾਂ ਜਾ ਆਪਣੇ ਮਾਲਕ ਨੂੰ ਜਾ ਕੇ ਕਹਿ ਕਿ ਅਫਰੀਕਾ ਤੋਂ ਬੜ ਸਾਹਿਬ ਆਏ ਨੇ ਤੂੰ ਜ਼ਰੂਰ ਕਿਸੇ ਬੜ ਸਾਹਿਬ ਤੋਂ ਕਤਲ ਹੋਏ ਚਲੋ ਬਾਹਰ ਮੈਂ ਕਹਤਾ ਹੂੰ ਚਲੋ ਕਬਲੋ ਜਾਦਾ ਮੈਂ ਯਹਾਂ ਅਕੇਲਾ ਨਹੀਂ ਮੇਰੀ ਮੰਮੀ ਸਾਥ ਆਈ ਹੈ ਮੰਮੀ ਮੰਮੀ ਓ ਮਾਸ਼ਾਅੱਲਾ
ਉਹ ਤਾਂ ਬਿੱਲ ਪਸਾਉਣੀ ਹੈ। ਮੰਮੀ ਹੈ ਮੇਰੀ, ਮੇਰੀ ਮੰਮੀ ਹੈ। ਅੱਛਾ ਮੰਮੀ ਬਤਾਓ, ਬਤਾਓ ਇਸਕੋ। ਕਾਲਾ ਵਾਲਾ ਮੈਨ ਹੈ, ਕਾਲਾ ਵਾਲਾ ਮੈਨ, ਲੋ ਕਾਲਾ ਵਾਲਾ ਮੈਨ, ਮੇਰੇ ਨਾਲ ਮਲਕਾ ਅਲਜ਼ਬਤ ਗੱਲਾਂ ਕਰਨ ਲਈ ਚਲਾ ਵਾ ਹੈ। ਬਲ ਬਸ ਸੁਣੋ, ਹਮ ਯਹਾਂ ਆਪਣੇ ਸੰਗਤ ਰਿਸ਼ਤਾ ਕਰਨ ਕੇ ਲਈ ਆਇਆ ਹੈ, ਹਮ ਕੋ ਲੜਕੀ ਦਿਖਾਓ, ਅਗਰ ਹਮਨੇ ਲਾਇਕ ਕੀਆ ਤੋ ਵੀ ਤੁਹਾਨੂੰ ਰਿਸ਼ਤਾ ਕਰੀਏ। ਹਾਲੀ ਸਾਡੀ ਕੁੱਤੀ ਨੇ ਬੱਚੇ ਨਹੀਂ ਦਿੱਤੇ। हम यहाँ रिश्ता करने आए अफ्रीका से, समझ में आ रहा है? लेकिन तेनू समझ कितो होनी है, बांदर की लैंड सीधी कराने वाले अपने घर की कंध में टक्कर मारन लिया ने, और उची उची कह देंगे अब मैं कंजर खाना टा ही देना। फिर मैं तसली देंगे ने कई आज इंज ढैन लगते तो साडा ना ढह जाता। चौधरी का भी दिमाग खराब हो गया, आची पली कोटी बढ़ा के बेच कुत्ता किड्डा माड़ा रखे हो। तेरे साडे च थोड़ा जा फर्क है, किड़ वाला तू बोली है, मैं कुलटरिया। उधर नु करो, उधर नु करो नहीं करता। मैं अंदर से रह चले आके तेरा मुंह उधर कर देना ना मुरा, खबरदार इधर मुंह किया। बिली खान मैं ये तुम्हारे लिए तोहफा लेके आया, खरीद के लाया, बड़ी मुश्किल से खरीद के नहीं रक्षण लाया। एहो जो ब्रांडे ट्रकां नाल बने हुंदे ने, ट्रकां नाल ते एहो जी बांदरियां भी बनियां हुंदियां। बकवास नहीं करो, मैं खुद खरीद के लाया। बिली खान हमने सदके जा, ए सदके जावा हो जी, सदके जाने मैं डस के जाने रस्ते च ला देंगा तुम। ਹੁਣ ਕਿਸ ਤਰ੍ਹਾਂ ਲਾ ਦੇਗਾ ਉਹ ਰਸਤੇ 'ਚ ਲੜਦੀ ਆ ਡਸਕਾ ਸਿਆਲਕੋਟ ਰੋਡ 'ਤੇ ਵੇ ਸਦਕੇ, ਇੱਧਰ ਮੁਲਤਾਨ ਰੋਡ 'ਤੇ ਵੀ ਮੈਂ ਆਪੇ ਲਾ ਲੈਂਗਾ। ਹੁਣ ਹੁਣ ਮੈਂ ਕਿੱਥੇ ਜਾਵਾਂ, ਉਹਨੇ ਤਾਂ ਡਸਕੇ ਜਾਣਾ, ਉਹਨੇ ਅੰਮਾ ਦੀਆਂ ਅੱਖਾਂ ਬੰਨਣੀਆਂ ਦਿੱਤੀਆਂ ਹੋਈਆਂ, ਮੈਂ ਕਿੱਥੇ ਜਾਵਾਂ ਮੈਨੂੰ ਤਾਂ ਸੁਣਾ। ਤੁਸੀਂ ਅੰਦਰ ਜਾਓ, ਚੌਧਰੀ ਸਾਹਿਬ ਨੇ ਬੁਲਾਇਆ। ਅੱਛਾ ਮੈਂ ਗੱਲ ਸੁਣ ਕੇ ਆਣੀ ਆ, ਉਹ ਦਾ ਉਹ ਗੱਲ ਸੁਣ ਓਏ, ਲੜਦੀ ਆ ਮੂੰਹ ਨਾਲ ਚੁੱਲ੍ਹੇ ਤੋਂ ਦੇਜ ਕੀ ਲਾਉਣ ਵਾਲੇ ਆ। ਮੈਂ ਅੰਦਰ ਚੌਧਰੀ ਦਾ ਗੱਲ ਸੁਣਨ ਚੱਲਿਆ, ਆਪਣੀ ਬਾਜੀ ਦਾ ਗਿਆ। ਅਸਲਾਮੁਅਲੈਕੁਮ। ਵਾਲੇਕੁਮ। ਅਸਲਾਮੁਅਲੈਕੁਮ। ਵਾਲੇਕੁਮ। ਅਸਲਾਮੁਅਲੈਕੁਮ। ਐਨਕ ਇੱਥੇ ਬੈਠੋ, ਤੁਹਾਡੀ ਮੈਂ ਖਿਦਮਤ ਕਰਨੀ ਚਾਹੁੰਦਾ। ਅੱਛਾ। ਮੇਰਾ ਦਿਲ ਕਰਦਾ ਤੁਹਾਨੂੰ ਇੱਕ ਬੰਗਲਾ ਬਣਾ ਕੇ ਦਵਾਂ, ਵਿੱਚ ਛੋਟਾ ਜਿਹਾ ਬਾਗ, ਵਿੱਚ ਪੰਗੂੜੇ ਲੱਗੇ ਨੇ, ਵਿੱਚ ਬੱਚਿਆਂ ਦਾ ਰਸ਼। ਬੱਚੇ ਕਿਧਰੋਂ ਆ ਗਏ? ਬੰਗਲਾ ਪਾ ਕੇ ਦਿਆਂਗਾ ਤੇ ਰਸ਼ ਨਹੀਂ ਲਾਵਾਂਗਾ। ਕਿੱਡਾ ਲਾਤੀ ਹੈ, ਮੈਂ ਸਮਝੀ ਮੇਰੀ ਭਰਾ ਬਣ ਕੇ ਮਦਦ ਕਰ ਰਿਹਾ ਹੈ। ਲੈ ਜੀ, ਸੋਹਣੀ ਕੁੜੀ ਨੂੰ ਭੈਣ ਕੌਣ ਕਹਿੰਦਾ ਹੈ? ਚੱਲ ਜਾ ਕੰਮ ਕਰ, ਐਡਾ ਤੂੰ ਸ਼ੋਹਾ। ਮਹਿਮਾਨ ਆ ਗਿਆ, ਅੰਦਰ ਦਫਾ ਹੋ ਜਾਓ, ਮੂੰਹ ਛੁਪਾ ਲਓ, ਜਾ ਕੇ ਆਟੇ ਵਾਲੇ ਕਨਸਤਰੇ ਚ ਮੂੰਹ ਵਾੜ ਦੇ ਨਿਕਲ ਗਿਆ। ਓਏ ਲੋਸ਼ੇ,
इसको नीचे रखते हैं, खुद ऊपर बैठते पागल आदमी। सुनो, तुमने नसवार छोड़ के चरस शुरू कर दिया। ये चरस नहीं है, ये सलाजीत उतारने वाला पादरी है। तो चलो चाय लेके आओ। मैं नौकर नहीं। वो दफा हो जाओ, चाय लेके आओ। बक बक करता है इधर। ऐसे ही बक बक, मैं नौकर नहीं, मेरे चाचे दा का। ओए ओए ओए, भूल गया, हमारा बेटी साथ है, उधर बाहर खड़ा है। मैं बुला तो ओए ओए, अंदर लेके आ यार, क्या करते है, लाओ रे इधर, और ना वो काम कर रहा हूं। जल्दी जाओ। ओ जी ने भाई को सलाम। बैठो भाई बैठो। सलाम खान जी। वालेकुम सलाम। वो इधर आओ, किधर जा रहा है? केड़े इलाके का पंचो बोल रहा है? मेहमान आया हो चाल आ गया, जो पत्ती मुक्की हो मुंह धो के दुध पा के अकल करो, तेज पत्ती नहीं पीता वो। चलो जाओ, तुम भी जाके काम करो। ये कौन है? ये नौकर है, ये बड़ा नौकर है, वो छोटा नौकर। क्या नाम है तुम्हारा? चौधरी सरदार कहते हैं। बकवास करते हैं। कौन कहता तू चौधरी सरदार है? सरदारा सरदारा बोलते हैं। चलो दौड़ो। है ओए सरदारा, बाहर टैक्सी खड़ा है, उसको पैसा पैसा दे के पारी करो। चले जाओ टैक्सी को पैसा। वो टैक्सी ने कौन से रंग का कपड़ा पहना? वो कौन से रंग का? यह पीला टैक्सी यार, तो जाओ पीले रंग की टैक्सी चढ़ा, उसको पैसे दे के आओ। चलो चलो, टैक्सी टैक्सी अपना है या किराए का? पागल, टैक्सी भी कभी अपना होता है, किराए का होता है बस। अखरोट का? वो दौड़ जाओ। ओए जा जा बड़ा जा, ये कीड़े पुटने वाली मशीन है। अखरोट का? ओए चलो दौड़ो। ओए अखरोट का ना? ओए दौड़ो आपका फोन है। रेवड़ी खान, रेवड़ी खान। बंदा पाओ जाओ ना मुराद। चलो काम करो। वो मेरा बटुआ तुम्हारी जेब में है, वो वापस करो। वो मेरी जेब में से कहीं खड़ा किया। और सुनाओ ठीक ठाक? बिल्कुल ठीक है। आप सुनो, वो बेगम साहिबा। सलाम बाबी, सलाम बाबी, ठीक है। ओए बात सुनो, क्या तूने दरखामत लगा हुआ है? ये क्या हो रहा है? और चलो जाओ, मेहमान आया हुआ है, जाके कमरा वमरा सेट करो। चलो कमरा में और चलो दौड़ो। चलो चावलों पे डाल के खाएगा। और सुनाओ, सफर ठीक गुजरा? सफर बड़ा अजीब गुजरा यार। नक्शे में बैठ के कुहाड़ से इधर आया है, थक गया है। नक्शे में बैठना था, जीने साथ ही मैंने सोचा इसके पर्दे का ख्याल रखना चाहिए। पर्दे का ख्याल तो रखना चाहिए। नक्शे के दोनों दरवाजों के साथ पर्दे लगाए। अच्छा। ड्राइवर की अगली और पिछली सीट के दरमियान में पर्दा लगाया। अच्छा। पीछे देखने वाले शीशों को काला किया। अच्छा। ड्राइवर की आंखों पे पट्टी बांधा। अच्छा। फिर इसको पीछे बिठाया। अच्छा। ड्राइवर को इसके साथ बिठाया, खुद रक्षा चलाया। और यार ड्राइवर पीछे बैठा हुआ था इसके साथ में, फिर तो पर्दे का ख्याल रखना। और जुड़ा वो जबान काट का ध्यान अब ठीक है? अच्छा, वो बड़ा गैरतमंद आदमी है। बड़ा गैरतमंद तो बड़ा गैरतमंद है, अब तो दूसरा बहन भी भाग गया है उसका। तो यार वो तो उसको भी गोली मार देगा, गोली मार देगा, वो छोड़ता ही नहीं है। जुड़ा दुश्मन का क्या पाए? दुश्मन से बदला ले लिया हमने। अच्छा। हमने वादा किया था दुश्मन की खोपड़ी में गोली मारेगा। फिर खोपड़ी में? खोपड़ी में गोली मारा, वो भागा। अच्छा। भाग के हमारी अम्मी के पीछे छुप गया, बैठ गया। हमने खोपड़ी में गोली मारा। वो कैसे? मां ने टेंट के पीछे लंगा कर दी खोपड़ी से गोली मारी। चलो, दुश्मन का खोपड़ी भी उठ गया, मां का दूधी भी उठ गया। भाभी का नाम क्या है? भाभी का नाम है खुशबू। खुशबू, फिर तो कभी कभी हम भी सुन सकता है।
बहुत पढ़ी लिखी लड़की है, सारा दिन मुंह में कुछ पढ़ती रहती है, बड़ा पढ़ी लिखी, आओ कमरे में आराम करती है, साथ बात करते हैं, अगले महीने में किसी वक्त शादी कर लेंगे। मेरा भी नहीं होया, किन्ने ख्याल मिलते ने। तुमने बैग देखी यहां पड़ी थी? हां देखा सी। कहां गए? काले रंग का? हां हां जिधर कुंडा भी। हां हां कुंडा, काला कुंडा। काला कुंडा? हां कहां गए? मैंने नहीं पता। बताओ बैग किधर गई, कौन ले गया? मुझे क्या पता है। ये क्या बंदी, जा छोड़ छोड़ो। ये का मतलब मेरी तीर ठीक रोन गई सी। ये मुझे चाहिए नहीं। राता तेरी है जो रुपए तेरी ऐ जो लगता है कि ऐ जो तेरी ਸਾਲ ਦੇ
ਕੋਈ ਵੱਡਾ ਪੂਣ ਦਾ ਹੱਲ ਨਹੀਂ ਕਰਨਾ ਸੀ ਕੋਈ ਤਜਰਬਾ ਕਾਰ ਪੂਣ ਨਹੀਂ ਉੱਥੇ ਹੋਏਗਾ ਔਰ ਛੋਟੇ ਪੂਣਾਂ ਦਾ ਫਾਇਦਾ ਬੜਾ ਕੰਮ ਦੇ ਕੋਲੋਂ ਗੂੰ ਗੂੰ ਕਰਕੇ ਲੰਘ ਜਾਂਦੇ ਨੇ ਔਰ ਵੱਡੇ ਪੂਣ ਅੱਲਾ ਮਾਫੀ ਦੇ ਜਿਹਦੇ ਖਤੇ ਪੈ ਜਾਣ ਮਗਰੋਂ ਨਹੀਂ ਜੇ ਲੈਂਦੇ ਇਹ ਛੋਟੇ ਛੋਟੇ ਪੂਣ ਲੜਨ ਤੇ ਫਿੰਸੀ ਹੁੰਦੀ ਹੈ ਉਹ ਪੂਣ ਲੜਾ ਤੇ ਅੱਡਾ ਅੱਡਾ ਫੋੜੂ ਮੈਂ ਆਪਣੇ ਇਲਾਕੇ 'ਚ ਬਿਹਤਰੀਨ ਹਸਪਤਾਲ ਬਣਾਵਾਂਗੀ ਉਹਦੇ 'ਚ ਲੇਡੀਜ਼ ਵਾਰਡ ਅਲੱਗ ਹੋਏਗਾ ਅਤੇ ਜੈਂਟਸ ਅਲੱਗ ਹੋਏਗਾ ਉਹ ਵਾਰਡ ਅਲੱਗ ਅਲੱਗ ਐਸ ਮਾਰੇ ਹੋਣਗੇ ਕਿ ਜਦੋਂ ਵੀ ਕੋਈ ਔਰਤ ਮਰੇ ਕਮ ਅਜ਼ ਕਮ ਸਕੂਨ ਨਾਲ ਮਰੇ ਕੋਈ ਟੈਨਸ਼ਨ ਲੈ ਕੇ ਨਾ ਮਰੇ ਮੁਅੱਜ਼ਜ਼ ਹਜ਼ਰਤ ਕੋਰਟ ਦੇ ਕੇ ਮੈਨੂੰ ਕਾਮਯਾਬ ਕਰੋ ਮੈਂ ਆਪਣੇ ਇਲਾਕੇ ਦੇ ਵਿੱਚ ਮਰਦਾਂ ਤੇ ਔਰਤਾਂ ਦਾ ਇਕੱਠਾ ਹਸਪਤਾਲ ਬਣਾਵਾਂਗਾ ਤਾਂ ਕਿ ਕੋਈ ਮਰਦ ਮਰੇ ਤੇ ਤਰਸਿਆ ਹੋਇਆ ਨਾ ਮਰੇ ਇਸ ਕੌਮ ਦੇ ਨਾਲ ਉਸ ਹਸਪਤਾਲ ਦੇ ਵਿੱਚ ਇਹੋ ਜਿਹੀਆਂ ਨਰਸਾਂ ਹੋਣਗੀਆਂ ਖਵਾਤੀਨ ਹਜ਼ਰਤ ਮੈਨੂੰ ਵੋਟ ਦੇ ਕੇ ਕਾਮਯਾਬ ਕਰੋ ਮੈਂ ਆਪਣੇ ਇਲਾਕੇ 'ਚ ਬਿਹਤਰੀਨ ਪਾਰਕ ਬਣਾਵਾਂਗੀ ਉਹਦੇ 'ਚ ਇੰਨੀ ਰੋਸ਼ਨੀ ਹੋਏਗੀ ਕਿ ਰਾਤ ਵੱਲੇ ਵੀ ਲੱਗੇਗਾ ਜਿਵੇਂ ਦਿਨ ਚੜ੍ਹ ਗਿਆ ਮੁਸਲ ਹਜ਼ਰਤ ਵੋਟ ਦੇ ਕੇ ਮੈਨੂੰ ਕਾਮਯਾਬ ਕਰੋ ਮੈਂ ਆਪਣੇ ਇਲਾਕੇ ਦੇ ਵਿੱਚ ਇੱਕ ਐਸਾ ਪਾਰਕ ਬਣਾਵਾਂ ਜਿੱਥੇ ਲਾਈਟਿੰਗ ਹੋਏਗੀ ਸਿਰਫ ਮੋਮਬੱਤੀਆਂ ਹੋਣਗੀਆਂ ਜਿਸ ਦਾ ਦਿਲ ਕੀਤਾ ਮੋਮਬੱਤੀ ਫੜੁਸ ਤੇ ਤੁਰ ਸਵਾਣ ਵਾਲਾ ਕੌਣ ਕਹਿਣ ਦੇ ਬਿਲਕੁਲ ਵੋਟ ਨਾ ਦੇਣਾ ਸਰਕਾਰ ਤੋੜ ਫੋੜ ਦੇਗਾ ਤੁਹਾਡੀਆਂ ਨਵੀਆਂ ਗੱਡੀਆਂ ਪਹਿਲੇ ਜਿਹੜੀਆਂ ਪਾਂ ਪਾਂ ਬੋਲਦੀਆਂ ਬਾਅਦ ਚੋਂ ਪੀ ਪੀ ਬੋਲਣ ਲੱਗ ਪੈਂਦੀਆਂ ਹਜ਼ਰਤ ਤੈਨੂੰ ਪੁੱਛੋ ਇਹਨੂੰ ਪਾਂ ਪਾਂ ਤੇ ਪੀ ਪੀ ਦਾ ਕਿਵੇਂ ਪਤਾ ਹੈ ਹਜ਼ਰਤ ਤੈਨੂੰ ਵੋਟ ਨਾ ਦੇਣਾ ਇਹ ਵਾਕਈ ਤੁਹਾਡਾ ਮਾਲ ਫੁੱਲ ਕਰ ਜਾਏਗੀ ਇਹਨੇ 5 ਰੁਪਏ ਮੇਰੇ ਵੀ ਖਾਦੇ ਨੇ ਬੜੀ ਦੇਰ ਤੇ ਬਕਵਾਸ ਨਾ ਕਰ ਮੁਅੱਜ਼ਜ਼ ਖਵਾਤੀਨ ਹਜ਼ਰਤ ਖੈਰ ਖਵਾਤੀਨ ਤੇ ਕੋਈ ਨਹੀਂ ਮੁਅੱਜ਼ਜ਼ ਹਜ਼ਰਤ ਵੋਟ ਦੇ ਕੇ ਮੈਨੂੰ ਕਾਮਯਾਬ ਕਰੋ ਮੈਂ ਇਨਸ਼ਾਅੱਲਾ ਮੇਰਾ ਤੁਹਾਡਾ ਵਾਅਦਾ ਹੈ ਮੈਂ ਗੋਲਡ ਦੀ ਡੱਬੀ 5 ਰੁਪਏ ਦੀ ਕਰ ਦਿਆਂ ਪੀਓ ਕਿਵੇਂ ਤਾੜੀਆਂ ਬਣਾ ਮਾਰੋ ਵਿੱਚੋਂ ਖਾਲੀ ਹੋਏਗੀ ਮੈਂ ਕਿਹਾ ਹੁਣ ਤੁਸੀਂ ਜਾਓ ਨਾ ਕਿੱਥੇ ਜਾਓ ਜਾਓ ਨਾ ਛਾਪਾ ਓਹੋ ਸ੍ਰੀਲੰਕਾ ਦੀ ਪੁਲਿਸ ਆ ਗਈ ਵੇ ਮੇਰੇ ਬੰਦ ਜਾ ਕੇ ਨਾ ਜੱਜੀ ਤੇ ਮਿਹਰਬਾਨੀ ਮੇਰਾ ਭਰਾ ਨੇ ਮੈਂ ਹੁਣ ਤੇ ਦੱਸਾਂਗਾ ਮੈਂ ਭਰਾ ਕਹਿ ਗਈ ਮੈਨੂੰ ਭਰਾ ਉਹ ਮੈਂ ਕਿਹਾ ਪਤਕਾਰ ਸਾਹਿਬ ਕੀ ਗੱਲ ਉਹ ਬਾਹਰ ਤੁਹਾਡਾ ਜੁਆਈ ਆਇਆ ਹੋਇਆ ਕੀ ਬਕਵਾਸ ਕਰਨ ਨੇ ਉਹ ਬੱਚ ਚੋਰ ਫੜ ਲਿਆ ਛੇਤੀ ਆ ਜਾਓ ਫੜ ਕੇ ਰੱਖ ਮੈਂ ਆਇਆ ਪੁੱਤਰ ਅੱਛਾ ਕਿ ਹੈ ਆਵੇ ਆਂਦੇ ਹੋ ਆਂਦੇ ਹੋ ਆਂਦੇ ਹੋ ਖੱਬੇ ਕੱਢ ਕੇ ਆਂਦੇ ਸੱਜੇ ਰੱਖ ਕੇ ਆਂਦੇ ਹੋ ਆਵੇ ਆ ਵੇਖੋ ਉਹ ਮੁੰਡਾ ਉਹ ਤੇਰੀ ਕੁੜੀ ਤੇ ਹੀਰਾ ਜਾਲਾ ਇਸ਼ਕ ਕਰਨ ਦੇ ਆ ਇਸ਼ਕ ਕਰਨ ਦੇ ਇਸ਼ਕ ਪੁੱਤਰ ਐ ਕੀ ਹੋ ਐ ਕੁਝ ਵੀ ਤੇਰਾ ਬਸ ਸੂਰਮ ਨੂੰ ਸਿੱਧਾ ਹੀ ਮੇਰੇ ਕੰਨ ਤੁਸੀਂ ਇਹਨੇ ਬੈਠਣਾ ਤੇ ਮੈਂ ਇਹਨੂੰ ਦੀ ਛੱਡਦਾ ਮੈਂ ਵੀ ਸਿਰ ਮੈਂ ਕਹਿੰਦੀ ਪੈਰ ਉਹਨੇ ਕੀਤੀ ਸੀ ਮੈਂ ਪੈਰ ਤੇਰੀ ਦੂਜ ਮੇਰੀ ਕੀ ਫਾਇਦਾ ਤੁਹਾਨੂੰ ਤੇਰੀ ਆ ਜੁਰਮਾ ਤੋਏ ਮੇਰੀ ਉਹ ਜੁਰ ਮੇਰੀ ਧੀ ਨੂੰ ਖਾਲੀ ਆ ਮਿਲਣਾ ਵੇ ਦਵਾ ਜਾ ਇੱਕ ਗੱਲ ਯਾਦ ਰੱਖ ਗੁੱਡੋ ਤੇਰਾ ਵਿਆਹ ਹੋਏਗਾ ਤਾਂ ਸਿਰਫ ਵਕੀਲ ਦੇ ਨਾਲ ਹੋਏਗਾ ਕਿਉਂਕਿ ਉਹ ਸਾਡੇ ਖਾਨਦਾਨ ਦੇ ਨਾਲ ਮੈਚ ਕਰਦਾ ਹੈ ਲੈ ਮੈਚ ਕਰਦਾ ਮੈਂ ਮਰ ਗਿਆ ਯਾਨੀ ਕੱਲ ਤੱਕ ਉਹ ਕੁੱਤਾ ਬਗੈਰ ਤੇ ਜੂ ਤੇਰੇ ਮੂੰਹ ਤੇ ਮੈਂ ਤੂੰ ਕਹਿੰਦਾ ਸਾ ਹੁਣ ਉਹਦਾ ਹੀ ਨਾਮ ਨਿਕਲਾਇਆ ਤੂੰ ਮੈਚ ਕਰਦਾ ਗੱਲ ਸੁਣ ਐ ਮੁੰਸ਼ੀ ਤੂੰ ਮੁੰਸ਼ੀ ਹੋਏਗਾ ਇਸ ਕਾਤਾ ਮੁੰਸ਼ੀ ਹੋਏਗਾ ਮੇਰੀ ਨਜ਼ਰ 'ਚ ਤੇਰੀ ਟਰੇ ਨਹੀਂ ਸਕਣੀ ਹੈ ਤਮ ਹੋ ਜਾਏ ਥੋ ਉਹ ਮੈਂ ਵੀ ਤੈਨੂੰ ਕੋਈ ਆਪਣਾ ਸੋਹਰਾ ਨਹੀਂ ਸਮਝਦਾ ਤੇਰੀ ਹਰ ਗੱਲ ਬਰਦਾਸ਼ਤ ਕਰਾਂ ਲੈ ਮੈਂ ਚੱਲਿਆ ਅੰਦਰ ਤੇ ਕਰ ਚੌਧਰੀ ਸਾਹਮਣੇ ਗੱਲ ਮੈਂ ਚੱਲਿਆ ਫੇਰ ਨਾ ਦੇਖ ਗੁੱਡੋ ਅੱਪਾ ਜੀ ਮੇਰੀ ਗੱਲ ਸੁਣੋ ਕੀ ਗੱਲ ਸੁਣਾ ਤੇਰੀ ਮੈਂ ਅੱਪਾ ਜੀ ਮੈਂ ਚਾਨੀ ਨਾਲ ਬੜੀ ਸਖਤ ਮੁਹੱਬਤ ਕਰਨੀ ਆ ਤਾਂ ਫੇਰ ਅੱਪਾ ਜੀ ਮੈਂ ਉਹਦੇ ਬਗੈਰ ਪਿੱਤਾ ਨਹੀਂ ਰਹਿ ਸਕਦੀ ਜੇ ਤੁਸੀਂ ਸਾਡੀ ਪਾਪਾ ਦੀ ਚਾਨ ਦੀ ਕੋਸ਼ਿਸ਼ ਕੀਤੀ ਨਾ ਤੇ ਮੈਂ ਉਹਦੇ ਨਾਲ ਦੌੜ ਹੀ ਜਾਵਾਂਗੀ ਨਹੀਂ ਪੁੱਤਰ ਮੈਂ ਤੈਨੂੰ ਐਵੇਂ ਨਹੀਂ ਦੌੜਨ ਦੇਵਾਂਗਾ ਕਨਵੇਂਸ ਲੈ ਕੇ ਦੇਵਾਂਗਾ ਇੱਕ ਵਾਰ ਤੁਹਾਨੂੰ ਕੁਝ ਸਮਝ ਨਹੀਂ ਆਉਂਦੀ ਕਿ ਸਭ ਲੋਕ ਇਸ ਕਾਲੇ ਸੇ ਮਹਿਲੇ ਸੇ ਲੜਕੇ ਕਾ ਇਤਨਾ ਖਿਦਮਤ ਕਿਉਂ ਕਰਤਾ ਹੈ ਉਹ ਯਾਰ ਇਸ ਲੜਕੇ ਕੋ ਕੈਂਸਰ ਹੋ ਗਿਆ ਕੈਂਸਰ ਕੈਸੇ ਮਲਕ ਜੋ ਘੜੀ ਮੇ ਹੋਤਾ ਹੈ ਵਾਡੀ ਯਾਰ ਕੀ ਬੋਲਤੇ ਇਧਰ ਉਹ ਬਿਮਾਰੀ ਹੈ ਇਸਕੋ ਬਹੁਤ ਬੜਾ ਅੱਛਾ ਉਹ ਡਾਕਟਰ ਨੇ ਬਤਾਇਆ ਇਹ 15-20 ਦਿਨ ਕੇ ਬਾਅਦ ਬਹੁਤ ਹੋ ਜਾਏਗਾ ਵੇ 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 ਬਹੁਤ ਹੋ ਜਾਏਗਾ ਉਹ ਇਸਕਾ ਖਾਇਸ਼ ਹੈ ਬਾਕੀ ਕਾ ਜ਼ਿੰਦਗੀ ਹਮ ਮਾਲਿਕ ਬਣ ਕੇ ਗੁਜ਼ਾਰੇ ਇਸ ਲਈ ਸਭ ਲੋਗ ਉਸਕਾ ਖਿਦਮਤ ਕਰ ਰਹੇ ਹੋ ਤੋ ਬਾਬਾ ਜੀ
रुक जाती उसकी दीमारदारी करते। चलो तोड़ो, इधर बहुत बंदा लगा हुआ है उसका दीमारदारी। अच्छा अच्छा, तुम जाओ उधर, जब वो ठीक हो जाएगा अगर तो हम चांदी पे उसको साथ लेके आए। बात सुनो, शादी की बात से मुझे याद आया, बेटा मेरा आ गया है, अफ्रीका से आया है पिशावर, पिशावर से लाहौर हमारे पीछे आया है। उसने मुझे फोन किया है, मैंने कहा इधर ही आ जाओ, तू और आ जा। देखो देखो कितना लाल है। ये तुमने कोई ज्यादा लाल नहीं कर दिया? डैडी अच्छा पहले में खजल हो गया सी। डैडी कहाँ लड़के के साथ हमारा बहन का शादी हो रहा है? इस लड़के के साथ? इन्ना लिल्लाह व इन्ना इलैहि राजिऊन। वो ये तुम्हारा बेटा है? हमारा बेटा? ये इतना चिट्टा है, वो क्यों इस तरह का है? और ये भी चिट्टा है यार। ये और फूटा कीता हो यार। चिट्टा है, चिट्टा है, दिखाओ यार, देखो। ये इस तरह चिट्टा है तो फिर सारे पिंडे से दांती लुवा दी होगी। डैडी बातें छोड़े, कहाँ ले आए मुझे? इतनी गंदी जगह डैडी, मुझे जरा सीम पड़ जाएगा डैडी, कहाँ ले आए? और जरा सीम आने देखो, पड़ गया अपने आप को गश पड़ा है। देखो डैडी, इसकी बहन के साथ तुम्हारी शादी होगा। ओ माय गॉड, एडा सारा सारा मैं की करना डैडी हूं। वो चंगा होगा किसी वेले लड़ाई हो पैंदा पागड़ा डैडी। लेकिन आपने तो कहा था बड़े स्टॉप लोग हैं, ये क्या है? ओ अल्लाह का शुक्र है, अपना डाल है, दो रक्षा चल पे, ऐसा कोई बात नहीं। लो नहीं नहीं नहीं, ये कोठी है, फैक्ट्रिया है, बंगले है। ऐसा बहुत ठीक है, देख ले फिर। चलो ठीक है, आओ आराम करो। किधर सारी की शादी हो गया? शादी हो गया। चपे खावा तक मजदूर वाला रौड़ा। तसा तसा गुलूड़ा, तेरा मुंडा किडा कौड़ा। मेरा बात सुनो यार, ये तेनू पठाना च खेलते हैं, शर्म नहीं आती? डैडी ये देख लो, मैं यहाँ रहा आपकी खातर, इनको सुझाओ। नहीं चलो आराम करो, आराम करो, चलो आराम करो, चलती चलो, आराम करो, अभी हम बात कर लेते हैं। क्या बात है सरकार? आए अपना इस्तकबाल की तैयारियां मुकम्मल, सारा तैयारी मुकम्मल हो गई है। आज मेरे बेटे अकील का इस्तकबाल। अच्छा, हकीम उल मिसाल इस्तकबाल होना। फिक्र नहीं करो जी, बड़ा अच्छा जी। जी बुलाओ बुलाओ उन्हें, लफ्जा नाल इस्तकबाल। ओए कैसी पकाने मंगवाए? कैसी मंगवाली? सुरनिया आप ही कुछ मंगा ले। अनार, अनार भी मंगवाए, चिचड़, चिचड़ भी मंगवाई। बिस्मिल्लाह। बेगम मेरे बेटे को लेकर हाजिर हो। मैं सबके चौधरी साहब, मेरी एक बात कर
मकान खोल के तू ले आ। अकील की शादी होगी तो अपनी नजमा के साथ। होगी क्या? हो गई है के? अच्छा चलो ठीक है। ये लो भाई पानी पियो। बदतमीज 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 इतना पानी दे दे। की हो गया तानू? ए वैगन च सफर करन दे। ओए मेज ते रख, एक मिनट सब्र करो। ना बे आ मैं सदके तेरी लत च शफा की नी है यार। बड़ी शफा ए दी लत काले लून दी बनी होई होए। काका तेरे टेढ़े भी अक्सर दर्द रहती है, मेरे पुत्र की लत खा। चल दौड़ो है। मैं क्या अब पानी ठंडा नहीं? हला के पियो, ठंडा थले बैठा हो। आहो थले आया गाड़ा गाड़ा पुत्र इन हाल होने तो पाछ पी लेंगे। मेरे बेटे कह दिया व्हील चेयर का बंदोबस्त किया जाए। क्या हुए दिया लता तो रेड़ा लग गया है? चुलन फिरन से जरा परेशानी होगी। ओहो सारे खामोश हो जाए, मेरे बेटे को नजर लग जाएगी। अभी मुझे अपने बेटे की नजर उतारनी है। यदि नजर उतार लीजिए, यदि आंखें चुंगड़ा मार के डेले मार काट ले नजर उतर जाएगा। और मेरा 5500 वापस करो। है चलो चल। वो 5500 तो अपने लेदर क्लब से जाके जैकेट खरीदनी। तमीज लगा कर हुसन बैठा है। हुसन ओए आप ही देखो मेरे को नहीं देख क्या क्या। ओहो सब चुप हो जाए, नजर उतारने दे मुझे। आप बिल्ली बिल्ली मिर्चे लेके आओ, अकील बेटा की नजर उतारनी है। बिस्मिल्लाह करो मैं, बिस्मिल्लाह करो मैं, बिस्मिल्लाह करो। ऐद काम चौक के रख दी है। बिस्मिल्लाह करो मैं, बिस्मिल्लाह। राती दुआनी च सुते रहे दुआड़ा कमीज नु चढ़ गया और बीज तंबी नु चढ़ गया। चलो उसका नजर उतारो। लाल मिर्चा पड़ के ते कालियां मिर्चा दे उतो बाहर के सोच ली। जेडी मिर्चा ले आए हो ना तुसी, इन मिर्चा दी अपनी नजर उतार। की हाल है? माशाल्लाह माशाल्लाह। कोई ऐसी गल नहीं, कोई ऐसी गल नहीं। एक दो तीन चार पांच छह सात और सात जुतियां भी सेरे च मारो फिर नजर पूरा उतरे। रूद रूद या जुतियां बर्बाद हो मारनी है। बस कर दो ये लो गुरखान और रहन दियो सदके दे उतो बाहर के मेनू पढ़ांदा है। अभी इनका क्या करूं? नहीं दे दियो ना। बड़ा खराब पुत्र, इने ते बीमारियां होनियां ने, मुसीबतां होनियां ने। अच्छा बड़ा सुन सुन, इधर दियो, मैं यतीम मस्कीन हां। अकील बाऊ जी, जी तुम्हारे वास्ते की पकाई है? गंडेरियां वाला पुलाव बना लो। आपे अंदर बैठ के पुलाव चूपता रहे। मेरे पुत्र वास्ते स्पेशल पॉपलेट मच्छी का पुलाव बना। तुसी दसो ना तुसी की खाओगे? मैं खसमा नु खावां। चलो ठीक है चाची, अपने खसमे च दाल पा लो। बेटे तू दो तीन दिन तो कसम खा रहे हैं, ये ठीक नहीं कर। अच्छा बाती हुंदे ने? हां दसो तुसी आर्डर लाओ ते मैं तुम्हारे वास्ते कावां दी यखनी ले आवां। तेरा दिमाग खराब हो गया, ओदे पैण भरावां दी यखनी कट के ओनु ही पिया दे। दसो ना बाबीली, खबरदार इधर भागड़ बेले से लाड किया तो चल तो पहुंच जावां ने। मेरे नाल आराम नाल गल करी, समझ आ गई ना? ये होया है और मैं अपने बेटे की सालगिरह की खुशी मलेशिया तो पांड मंगवाया है। अच्छा जी हां, भलाई खैर हो ना, खुश रखे, भाग लगे रहे, जोड़ियां सलामत, तंदुरुस्तियां दूर। हाजी साहब ताड़े घर दे बाहर रंग बिरंगी झंडियां वेखी, जगमग जगमग करदे बल्ब वेखे, ते पता लगा के मुंडा जम्मिया है। ओ जीवे मेरा मुंडा ते जीवे मुंडे दी मां, जिन्ने जम्मिया ढोड लगा हाय मारो।
गया जमा साडे घर मुंडा नहीं जमया देखी कतूरा जमे दही जमे दही दही साडे मुंडे दा करोड़ दा इनाम निकले है शुक्र करो इनाम निकले मुंडे नू छपाकी नहीं निकली ए मेरे अब्बा जी ने अब्बा जी मेरे पलवे बीबी जो है मैं कह रहा अब्बा जी इधरा अपने बच्चे दा फन वेखो इधरा पद्मनी चुल्ला पूरी आया ओ जी ओ चलो चाचा डांस कर साडे बच्चे दा इनाम निकले जो ख्वाहिश सी पूरी करेगी ओए शरीफ आदमी ना कभी जिंदगी च नचया ज की कर लगे ना ख्वाहिश पुत्र भी ना शिवली समझो ना पुत्र शिवली बिनेड़िया आ आ जालिमा सड़ गई अगर आपने लक्ष्मी चौक हैदर पानों वाले से पान खा के ऊपर से गोल्ड स्ट्रीट पिया है तो मजे आ जाएंगे मेरा कल सुन पैसा पकड़ो और दौड़ जाते हैं उधर पर्ची तो चाचे को खाना खराब हो गया तेरा पेड़ा गरक हो गया
वो पागल आदमी पर्ची उसको दे दी है, पागल बेवकूफ, पर्ची वापिस लो, वो सारा पैसा तेरा लेके दौड़ जाएगा। सोचिए फिर किसरा पर्ची ले, तू सोच मैं ते पठान हूं, मैं की कर। चलो सोची। हाँ क्या सोच लिया? क्या सोची? मैं सोची है क्या कि सोचिए पहले भी सोच रहा था यार अकील जी, तो वो सेठ का पुत्र आ गया है, उनसे पूछ पा। आदाब है, पता नहीं की होया पेट पर सोनू है शीशा जी, मैं देखिया नहीं शायद तब्दीली आई होवे। किन्ना रूप चढ़िया पे तुम ते अच्छे किडे सोने पे लग रहे हो। हां जी किन्ने प्यारे हो तुसी, तुसी जाओ मैं रक्षे ते जाना है। किन्निया सोनिया ने दादिया का मैं क्या जी मैं क्या हां कमरे च कोई भी नहींगा ते पे की करिए सफेदी कर ली मैं क्या जी मेरे अब्बा जी ने कहा मैं तन्नू दवा दा पुट फसा लवा। अच्छा हां किस केस च? किस केस च? पागल अभी तुसी हुन मेरे होन वाले बरसाती खुदा हो, यानी बरसाता बरसाता च कमाल गल है भाई। मैं नहीं पता ना, तैनू सारा पता है, तू दसदी नहीं किसे। मैं क्या जी? जी तुसी मेरे नाल शादी कर लोगे? चलो तेरे नाल भी कर लांगा। मेरे नाल भी जी? हां ताडे नाल शादी करांगा। कोई ताडी शर्त नहीं है कि मेरे नाल ब्याह करन वास्ते? शर्तां है केड़ियां भला? चार शर्तां ने जी बोलो। पहली शर्त है वे ਨੇਰੇ ਚ ਵੇਖ ਲੈਣੀ ਵੇਖ ਲੈਣੀ ਆ। ਤੇਰੇ ਨਾਲ ਨਹੀਂ ਵਿਆਹ ਹੋ ਸਕਦਾ। ਕਿਉਂ? ਤੂੰ ਤੇ ਮੇਰੀਆਂ ਸਾਰੀਆਂ ਕਰਤੂਤਾਂ ਵੇਖ ਲੈਗੀ। ਅੱਛਾ ਚੱਲ। ਨਹੀਂ ਨਹੀਂ ਵੇਖ ਤਾਂ ਨਹੀਂ ਸਕਦੀ। ਅੱਛਾ ਨੇਰੇ ਚ ਨਹੀਂ ਵੇਖ ਸਕਦੀ, ਫੇਰ ਵੀ ਨਹੀਂ ਹੋ ਸਕਦਾ। ਉਹ ਕਿਉਂ? ਤੂੰ ਤੇ ਮੇਰੇ ਬੱਚੇ ਮਿਹਨਤ ਦੇਂਗੀ? ਇੱਕ ਕਿੱਟ ਦੀ ਕੰਧ ਤੇ ਦੌੜ ਸਕਣੀ ਹੈ? ਮੈਂ ਤੇ ਇੰਨਾ ਤੇਜ਼ ਦੌੜ ਲੈਣੀ ਮੈਨੂੰ ਕੋਈ ਫਾੜ ਹੀ ਨਹੀਂ ਸਕਦਾ। ਤੇਰੇ ਨਾਲ ਨਹੀਂ ਵਿਆਹ ਹੋ ਸਕਦਾ। ਕਿਉਂ? ਵਿਆਹ ਵਾਲੇ ਦਿਨ ਦੌੜੀ ਹੋਵੇ, ਇੱਕ ਸਲਵਾਰ ਕਮੀਜ਼ ਦਾ ਜੋੜਾ ਧੋ ਸਕਣੀ ਹੈ? ਤਿੰਨੀ ਮਿੰਟੀ ਤੇ ਮੇਰੇ ਕੋਲ ਇੱਕੋ ਹੀ ਜੋੜਾ ਤੈਨੂੰ ਦੇਤਾ ਤੇ ਮੈਂ ਕਿਹਾ ਜੀ ਚਲਾਓ ਮੇਰੇ ਨਾਲ ਜ਼ਰਾ। ਕਿੱਥੇ? ਮੈਂ ਤੁਹਾਡੇ ਪੈਰ ਕਿਉਂ? ਮੇਰੇ ਅੱਬਾ ਜੀ ਨੇ ਕਿਹਾ ਮੈਂ ਤੁਹਾਡੇ ਪੈਰ ਧੋ ਕੇ ਪੀਆਂਗੀ ਤੇ ਮੈਨੂੰ ਪੈਪਸੀ ਦਾ ਸਵਾਦ ਆਏਗਾ। ਟੈਕਸੀ 'ਚ ਬਹਿ ਕੇ ਪੈਪਸੀ ਪੀਆਂਗੇ। ਆ ਜਾਓ। ਠੀਕ ਹੈ। ਮੈਂ ਕਿਹਾ ਜੀ ਜੀ ਆਪਣਾ ਧਿਆਨ ਰੱਖਣਾ। ਕਿਉਂ? ਮੇਰੇ ਤੇ ਮੱਖੀਆਂ ਬਹਿੰਦੀਆਂ ਨੇ। ਸੋਨੂ ਜੀ ਆਈ ਲਵ ਯੂ। ਜਿਵੇਂ ਕਹਿਣਗੇ ਕਰ ਲਾਂਗੇ। ਜਾਣਿਓ ਹਾਂ ਖੁਦਾ ਹਾਫਿਜ਼। ਖੁਦਾ ਹਾਫਿਜ਼। ਅੱਲਾ ਦੇ ਹਵਾਲੇ। ਅੱਲਾ ਦੇ ਹਵਾਲੇ। ਜਦੋਂ ਨਾ ਤੁਹਾਡਾ ਬੇਇੱਜ਼ਤੀ ਕਰਨ ਨੂੰ ਦਿਲ ਕਰੇ ਨਾ ਤੇ ਮੈਨੂੰ ਆਵਾਜ਼ ਦੇ ਲੈਣਾ। ਸੋਹਣਿਆ ਤੈਨੂੰ ਕਿਉਂ ਬੇਇੱਜ਼ਤ ਕਰਨਾ ਹੈ? ਕਿਉਂ ਨਾ ਮੇਰੀ। ਅੱਛਾ ਜਿਵੇਂ ਕਹਾਂਗੇ। ਵੀ ਸਭ ਤੋਂ ਸੋਹਣਿਆ ਲਓ ਹਰ ਮਨ ਮੋਹਣਿਆ ਚੱਲ ਕਮੀ ਕਮੀ ਗਰੀਬ ਆ ਚਲੋ ਪਿੱਛੇ ਆ ਜਾ ਪਿੱਛੇ ਆ ਜਾ ਕੱਚੀ ਆਬਾਦੀ ਗੁੱਸਾ ਕਿਉਂ ਕਰ ਗਏ ਹੋ ਬਾਜ ਸਾਹਿਬ? ਉਹ ਹੈ ਇੱਕੋ ਚੱਲ ਤੈਨੂੰ ਕੀ ਕਮਾ ਹੁੰਦਾ? ਇੱਥੇ ਆਓ ਬੈਠੋ ਜੀ। ਮੈਂ ਨਾ ਜੀ ਮੈਂ ਨਾ ਤੁਹਾਡੇ ਵਾਸਤੇ ਚੂਰੀ ਬਣਾ ਕੇ ਲਿਆਈ ਆ। ਮੈਂ ਤੋਤਾ ਵਾ? ਨਹੀਂ ਜਾਨੋ ਕਾਂ ਵੀ ਖਾਂਦੇ ਨੇ। ਯਾਨੀ ਪਿਓ ਪਿਓ ਕੇ ਹੌਲੀ ਹੌਲੀ ਮਾਰ ਰਹੀ ਹੈ? ਇਹਦੇ ਚ ਪਤਾ ਮੈਂ ਕੀ ਪਾਇਆ? ਕੀ ਪਾਇਆ? ਧਮਾਲ ਪਾਈ? ਮੈਂ ਇਹਦੇ ਚ ਦੇਸੀ ਘਿਓ ਤਾਂ ਨਹੀਂ ਪਾਇਆ। ਚੂਰੀ ਚ? ਹਾਂ। ਹੋਰ ਕੀ ਪਾਏ? ਤੁਹਾਡੀ ਸਿਹਤ ਦੇ ਮੁਤਾਬਿਕ ਮੈਂ ਇਹਦੇ ਚ ਗਰੀਸ ਪਾ ਕੇ ਲਿਆਈ ਹਾਂ। ਬਹੁਤ ਅੱਛੇ। ਮੈਂ ਚੂਰੀ ਖਾ ਕੇ ਟੋਏ ਚ ਕੀ ਕੀ ਕਰ ਰਿਹਾ? ਲੈਂਦੇ ਹੁਣ ਤੁਹਾਡੇ ਆਪਣੇ ਸ਼ੌਂਕ ਨੇ ਨਾ ਜਾਨੂ। ਹਾਏ ਮੈਂ ਸੱਚੀ ਜਾਵਾ ਨਾ ਹੱਸਿਆ ਕਰੋ ਨਾ ਹੱਸਿਆ ਕਰੋ। ਕਿਉਂ? ਬਸ ਮੈਨੂੰ ਬੜੀ ਚੰਗੇ ਲੱਗਦੇ ਹੋ। ਬਸ ਠੀਕ ਹੈ। ਮੈਂ ਕਿਹਾ ਪੂਰੇ ਟੱਪਰ ਨੂੰ ਹੋਇਆ ਕੀ ਹੈ ਤੁਹਾਨੂੰ? ਪੂਰੇ ਟੱਪਰ ਦਾ ਤੇ ਮੈਨੂੰ ਨਹੀਂ ਪਤਾ, ਮੈਨੂੰ ਨਸ਼ਾ ਲੱਗ ਗਿਆ ਇਸ ਚਰਸ ਦਾ। ਚਲਾ ਜਾ। ਮੈਂ ਵੀ ਕਮਾਇਆ ਕਹਿਣਾ ਕੀ ਚਾਹੁੰਦੀ ਹੈ? ਕੀ ਹੋਵੇ ਚਾਲੂ ਅੰਦਰ ਆਉਣਾ ਇੱਧਰ ਆਉਣਾ ਛੋਨੇ ਜਾਨ
ਆ ਫਰੰਗੀ ਆ ਜੇਦਰ ਬਲੋ ਆਏ ਇਹ ਕੀ ਹੋ ਰਿਹਾ ਓਏ ਮੈਂ ਉੱਥੇ ਬੈਠਾ ਸਾਂ ਉਹ ਆਪ ਹੀ ਆਈ ਹੈ ਮੇਰੇ ਕੋਲ ਉਹ ਆ ਗਈ ਸੀ ਤੇ ਤੂੰ ਦੌੜ ਕਿਉਂ ਨਹੀਂ ਲਾ ਦਿੱਤੀ ਉਹ ਅੰਦਰ ਤਾਂ ਪਹੁੰਚ ਜਾਣੀ ਤੇ ਮੈਂ ਤੇਰੀ ਅੱਖ 'ਚ ਗੋਲੀ ਮਾਰ ਦਿਆਂਗਾ ਲੈ ਹਾਂ ਅੱਖ 'ਚ ਗੋਲੀ ਮਾਰ ਦਿਆਂਗਾ ਐਡੇ ਤੁਹਾਡੇ ਨਿਸ਼ਾਨੇ ਪੱਕੇ ਹੋਣ ਤੇ ਆਪਣੇ ਪੁਕਾਨੇ ਲੋਕਾਂ ਕੋਲੋਂ ਪੜਵਾ ਕੱਢਣ ਡਿਆ ਤਾਂ ਕੋਈ ਚੱਲੀਆਂ ਵਿੱਚ ਹੋਣਾ ਪੁਰਾਣਾ।
बात सुनो जब बारात नहीं गया मेरा सारा मुंह तेरा तेरे ख्याल नहीं होता बेटा सारा मुंह लेके किसी के घर बढ़ गए मेरा जुतियां ना काम मेरा बात सुनो की गल पट्टी साहब तुम चल गया पट्टी साहब मेरा इतना बैठा है मैं अफ्रीका तो आया वो चल के आराम करो कोई आराम कराई ना मुझे छुरियां बजी है चलो अब मैं तुमको सब सारी चीजें पूरी कर के चलो और चीजें बिल्ली बिल्ली गुल खान किथे मर गए ने ना मुराद सारे हराम जे किसी ने कोई कम ओए ओए हैं 1 करोड़ रुपए की पर्ची वाह मौला चलो भी देना रकीब ने छप्पर मार के जी मामा जी बिल्ली जरा एक मिनट मेरे कोल बा मैं तेरे नाल जरूरी गल करनी सी फरमाओ बिल्ली असल च गल ऐसी के अस्तफार की मदर हो आई है की होया असल जी 5-6 दिन तो मैं जैकेट धोती नहीं सी ना एदी वजह तो जा जाके शहजादियां धो दे जा तुसे कॉर्पोरेशन वाले नु दे जाके की हो गया बिल्ली थोड़ा जिहा ते काम कर दिया कर मरे कुत्ते दी बो आ रही वाह मौला 1 करोड़ रुपया सब तो पहले तेरा लागा कोठी फिर कार फिर अपने जीजा जी नु ओथे नहीं वड़न देगा अमीर आदमी एक ओए बिल्ली तो ना देरी ਆਏ ਮੇਰੀ ਜ਼ਿੰਦਗੀ ਅਜ਼ਾਬ ਬਣਾਤੀ ਓਏ ਓ ਬਿੱਲੀਏ ਤੇਰਾ ਕੱਖ ਨਾ ਰਵੇ ਆਏ ਮੇਰੀ ਪਰਚੀ ਹਾਏ ਹਾਏ ਪਰਚੀ ਉਹ ਪਰਚੀ ਆਏ ਹੁਣ ਲੱਗਦਾ ਓਏ ਮੈਂ ਮਰ ਗਿਆ ਅਸਲਾਮ ਅਲੈਕੁਮ ਵਾਲੇ ਸਾਹਿਬ ਓ ਤੂੰ ਕੌਣ ਆ ਜੁਰੈਸਿਕ ਪਾਰਕ माफी चाहना तू किधरे कारगिल तो नहीं आया भाजी मैं ना पूछ रहा हूं ना मेरा मैं घर है तू तो मेरे नाल भी ना करो लगता सवा 1 बज गया ठीक है हूं पौने 2 हो गए ਰੱਬ ਦਾ ਵਾਸਤਾ ਜਿੰਨਾ ਤੇਰੇ ਕਾਤੇ ਤੈਨ ਤੇ ਕੋਈ ਡਰ ਦੇ ਮਾਰੇ ਬੱਚਾ ਵੀ ਨਹੀਂ ਦੇਂਦਾ ਹੁਣ ਕਿਉਂਕਿ ਤੇਰੇ ਹੱਥੋਂ ਬੱਚਾ ਡਿੱਗ ਕੇ ਬਿਲਕੁਲ ਫੌਤ ਹੋ ਜਾਏਗਾ ਮੈਂ ਕਾ ਸਾਹਿਬ ਮੈਨੂੰ ਕਰਜ਼ਾ ਦੱਸੋ ਕਦੋਂ ਵਾਪਸ ਕਰਨਾ ਜੇ ਓਏ ਕਿਹਦਾ ਕਰਜ਼ਾ ਮੇਰੇ ਪਿਓ ਨੂੰ ਮਰਿਆ 20 ਬਰੇ ਹੋ ਗਏ ਨੇ ਕਿਹੜਾ ਕਰਜ਼ਾ ਲੈਣ ਆਇਆ ਤੂੰ ਓਏ ਐਨੀ ਉੱਚੀ ਬੋਲਣਾ ਵੇ ਉਹ ਕਰਜ਼ਾ ਵੀ ਦੇਣਾ ਫੇਰ ਐਨੀ ਉੱਚੀ ਬੋਲਣਾ ਵੇ ਉਹ ਪੁੱਤਰ ਜੀ ਮੈਨੂੰ ਕਰਜ਼ਾ ਵਾਪਸ ਕਰੋ ਜਿੰਨਾ ਤੇਰਾ ਕਾਤੇ ਓਏ ਖੰਬਿਆਂ ਤੋਂ ਬਲਬ ਲਾਇਆ ਕਰ चौनी हफ्ते की कमेटी पाइए जी भी निकलेगी मैं तेरे पैसे दे देंगे वापस चुक मेरे मालका केहो जे लोग आंडे ओ गुड्डा पुत्र ओए गुड्डा अब्बा जी की होया ओए मैं सत्य जावा ओए एक मैं पर्ची हुणे इस्त्री दे थले सुकाण वास्ते रखी सी ना पर्ची ते ना इस्त्री ओए इथे पिछली सीट हां किथे अब्बा जी ने इस्त्री दे नाल चमड़ी होई सी ते हां किथे इस्त्री अब्बा जी ओ नजमा मांग के ले गई इस्त्री तू नजमा नु इस्त्री दीती क्यों सी अब्बा जी असन ने ना कोई चीज मांग लंदे ओने ले दी ते की हो गया तेरी चुलत किस तरह तू नजमा नु इस्त्री देवे अब्बा जी ओ मांग के ले गई है इस्त्री क्यों दीती हूं छिद्दर ना खाई तू सोचते नहीं लाता किसका इस्त्री दा केड़ी इस्त्री साडी
ਤੁਹਾਡੀ ਇਸਤਰੀ ਦਾ ਸੋਚ ਹੈ ਸੀ ਉਹ ਜਿਹੜੀ ਤੂੰ ਗੁੱਡੋ ਕੋਲੋਂ ਇਸਤਰੀ ਮੰਗ ਕੇ ਨਹੀਂ ਲੈ ਗਈ ਸੀ ਉਹ ਇਸਤਰੀ ਕਿੱਥੇ ਉਹ ਤਾਂ ਮੂਸੇ ਮੰਗ ਕੇ ਛੋਟੀ ਅੰਮੀ ਲੈ ਗਈ ਛੋਟੀ ਅੰਮੀ ਲੈ ਗਈ ਹਾਂ ਫੇਰ ਤੇ ਪਰਚੀ ਗਈ ਹੈ ਆ ਮੇਰੀ ਇਸਤਰੀ ਬਾਬਾ ਜੀ ਇਸਤਰੀ ਕਿਉਂ ਰੋ ਰਹੇ ਹੋ ਉਹ ਜ਼ਰੂਰੀ ਚਾਹੀਦੀ ਉਹ ਜ਼ਰੂਰੀ ਅੰਦਰ ਆ ਜਾਂਦੇ ਆ ਕੀ ਹੋ ਗਿਆ ਤੈਨੂੰ ਉਹ ਪੈਰ ਦੇ ਕੇ थाके से पर्ची सिलवा दी वेरी गुड और तू चौधरी है शेख है कौन है तू बोलता क्यों नहीं हो सूफी सोप अरे मरिया मैं ओहो मामा जी इस्त्री के रोज जा रहे हैं आप रोज जा रहे हैं अंदर आए आप इस्त्री तू पर 5 मिनट पहले इस्त्री की गाली कुछ और सी हूं कोई फायदा नहीं पर्ची मिल गया तुम नौकरी इधर ही करे इधर है पर्ची इधर मैंने सिलवा लिया यार मैं ये सोचता है कि मेरा पर्ची वो मेरी जेब से कैसे गायब हो गया तेरी जेब से ਇਹਦਾ ਮਤਲਬ ਪਰਚੀ ਤੂੰ ਚੋਰੀ ਕੀਤੀ ਸੀ ਕਿਸੇ ਚੋਰ ਦੇ ਆ ਪੁੱਤਰਾ ਓਏ ਬਕਵਾਸ ਨਹੀਂ ਕਰ ਓਏ ਇਸ ਨਾ ਕੰਮ ਕਰ ਲੈ ਚੋਰੀ ਔਰ ਮਦਦ ਮੇ ਬੜਾ ਫਰਕ ਹੁੰਦਾ ਹੈ ਮੈਨੇ ਅਕੀਲ ਬਾਬੂ ਕੋ ਮਦਦ ਕੀਆ ਹੈ ਬੇਗੇ ਬੇਕਮ ਆਈਏ ਚਲਿਏ ਚਲਦੇ ਆਈਏ ਖੁਸ਼ੀ ਮੇ ਹਮ ਕਹਿ ਰਹੇ ਹੈ ਇਹਨਾਂ ਦੋਵਾਂ ਦਾ ਆਪਸ ਵਿੱਚ ਬੜਾ ਪਿਆਰ ਹੈ ਯਾਰ ਜੀ ਇੱਟ ਕੁੱਤੇ ਦਾ ਪਿਆਰ ਹੈ ਇਹਨਾਂ ਦੇ ਇਹ ਅੱਜ ਪਿਆਰ ਦੀਆਂ ਮਿਸਾਲਾਂ ਲੋਕੀ ਹਰ ਨਵੇਂ ਜੋੜੇ ਨੂੰ ਦਿੰਦੇ ਨੇ ਹਾਂ ਸਾਰਿਆਂ ਜੋੜਿਆਂ ਨੂੰ ਕਹਿੰਦੇ ਨੇ ਉਹ ਦੇਖੋ ਦੋਨੇ ਭੈਣ ਭਰਾ ਕਿੰਨਾ ਪਿਆਰ ਕਰਦੇ ਨੇ ਕੈਲਕੁਲ ਖਾਨੀ ਗੱਲ ਦੀ ਸਮਝ ਨਹੀਂ ਆਈ ਮੈਨੂੰ ਦੋਵਾਂ ਗੱਲਾਂ ਦੀ ਨਹੀਂ ਆਉਂਦੀ ਤੂੰ ਕਿਉਂ ਪਰੇਸ਼ਾਨ ਹੋਇਆ ਯਾਰ ਮੇਰੇ ਜੀਜਾ ਜੀ ਤੇਰੀ ਹਰ ਗੱਲ ਮੰਨਦੇ ਨੇ ਕਿਧਰੇ ਤੇਰੇ ਕਾਣੇ ਤੇ ਨਹੀਂ ਪਹਿਲੇ ਤੁਮਨੇ ਮੁਝੇ ਚੋਰ ਬੋਲਿਆ ਅਬ ਕਾਣਾ ਬੋਲਿਆ ਤੇਰਾ ਬੇੜਾ ਕਰਸ ਹੋਏਗਾ ਕਿਆ ਬੋਲਾ ਅਭੀ ਤੁਝੇ ਗੋਲੀ ਮਾਰ ਦੇਗਾ ਪਿੱਛੇ ਹੋ ਜੋ ਵੀ ਦੀ ਕਾਣਾ ਮਾਰ ਕੇ ਗਈ ਓਏ ਦਾ ਵਿਆਹ ਕਰਾ ਓਏ ਨਾ ਮੁਰਾਦ ਦਾ ਗੁਰਖਾਨ ਇਹ ਤੇਰਾ ਪਾਗਲ ਪਾਗਲ ਕਰੋ ਖਤਮ ਹੋਏਗਾ ਬਿਲੀ ਖਾਨ ਮੁਝੇ ਸਮਝ ਨਹੀਂ ਆਤਾ ਜਦ ਮੈਂ ਪਾਗਲ ਹੋ ਜਾਤਾ ਹੂੰ ਤੋ ਪਤਾ ਨਹੀਂ ਚਲਤਾ ਤੁਮ ਸਾਹਮਣੇ ਆਤਾ ਮੈਂ ਠੀਕ ਹੋ ਜਾਤਾ ਪਤਾ ਨਹੀਂ ਤੂੰ ਕਦੋਂ ਠੀਕ ਹੋਏਗਾ ਮੈਂ ਤੇ ਖਾਂ ਖਾ ਗਈ ਹਾਂ ਤੇਰੇ ਕੋਲ ਬਸ ਇੱਕ ਹਫਤਾ ਹੋਰ ਇੰਤਜ਼ਾਰ ਕਰ ਲੈਣੀ ਤੇ ਫਿਰ ਕੋਈ ਹੋਰ ਪਠਾਨ ਲੱਭ ਲੈਣੀ ਇੱਕ ਹਫਤਾ ਬਸ ਮੈਂ ਤੰਗ ਆ ਗਈ ਹਾਂ ਤੇਰੀ ਨਾ ਹਟਦਾ ਤੋਂ ਇਹ ਤੁਹਾਰਾ ਰਵਈਆ ਬਦਲਾ ਬਦਲਾ ਸਾ ਕਿਉਂ ਹੈ ਰਵਈਆ ਨਹੀਂ ਬਦਲਿਆ ਮੈਂ ਖੁਦ ਬਦਲ ਗਈ ਹਾਂ ਕਿਉਂ ਮੂੰਛਾ ਰੱਖ ਲੈਣੀ ਨਹੀਂ ਹੁਣ ਮੈਨੂੰ ਹੁਣ ਤੂੰ ਚੰਗਾ ਨਹੀਂ ਲੱਗਦਾ ਬਸ ਉਹ ਤੇ ਚਲੋ ਠੀਕ ਹੈ ਮਗਰ ਚੱਕਰ ਕੀ ਇਸ ਲਈ ਕਿ ਤੂੰ ਮੇਰੀਆਂ ਜ਼ਰੂਰਤਾਂ ਨਹੀਂ ਪੂਰੀਆਂ ਕਰ ਸਕਦਾ ਤੂੰ ਫਿਕਰ ਨਹੀਂ ਕਰੋ ਇਹ ਜ਼ਰੂਰਤਾਂ ਪੂਰੀ ਕਰੇਗਾ ਇਨਸ਼ਾਅੱਲਾ ਆਪ ਓਵਰ ਟਾਈਮ ਲਗਾਇਆ ਕਰੇਗਾ ਰਕਸ਼ਾ ਚਲਾਏਗਾ ਉਹਦੇ ਨਾਲ ਕੀ ਹੋਏਗਾ ਬੜਾ ਕੰਮ ਮੈਂ ਕਰਨਾ ਵਾ ਮੇਰਾ ਕੋ ਬਰਕਤ ਨਹੀਂ ਪੈਂਦਾ ਮੈਂ ਕੀ ਕਰੂੰ ਜੀ ਬਹੁਤ ਕੰਮ ਕੀਆ ਨੁਕਸਾਨ ਹੋ ਜਾਂਦਾ ਕੀ ਨੁਕਸਾਨ ਹੋਇਆ ਵਾ ਮੈਂ ਨਵਾਂ ਨਵਾਂ ਲੌਰ ਆਇਆ ਰਕਸ਼ਾ ਵੀ ਬੜਾ ਚਲਾਇਆ ਨੁਕਸਾਨ ਹੋ ਜਾਂਦਾ ਮੈਨੂੰ ਪਤਾ ਹੀ ਨਹੀਂ ਲਾਹੌਰ ਕਿੱਧਰ ਕਿੱਧਰ ਨੂੰ ਵੱਡਾ ਹੋ ਗਿਆ ਹੋਇਆ ਪਤਾ ਹੀ ਨਹੀਂ ਚਲਦਾ ਰਾਸਤਾ ਕੌਣ ਸਾ ਕਭੀ ਕਭੀ ਆ ਸਟੇਸ਼ਨ ਸੇ ਟਾਊਨਸ਼ਿਪ ਕਾ 15 ਰੁਪਏ ਮੰਗ ਲੈਣਾ ਕਭੀ ਆ ਸਟੇਸ਼ਨ ਸੇ ਲਕਸ਼ਮੀ ਚੌਂਕ ਕਾ 150 ਰੁਪਏ ਮੰਗ ਲੈਣਾ ਇੱਕ ਦਫਾ ਸਟੇਸ਼ਨ ਸੇ ਇੱਕ ਸਵਾਰੀ ਨੇ ਕਹਾ ਰਾਇਵੰਡ ਜਾਣਾ ਮੈਂ ਕਿਹਾ 15 ਰੁਪਏ ਤਾਂ ਹੀ ਬੈਠੋ ਰਾਤ ਪੈ ਗਿਆ ਰਾਇਵੰਡ ਹੀ ਨਹੀਂ ਆਇਆ ਲੜ ਲੜ ਕੇ ਉਹਦੇ ਕੋਲ 45 ਰੁਪਏ ਲਿਆ ਜਾਣ ਛੁੱਟੇ ਆ ਮੇਰੇ ਕਲੀਨ ਕਲੀਨ ਵੀ ਵੇਚਦਾ ਨੁਕਸਾਨ ਹੋ ਜਾਂਦੀ ਅੱਛਾ 40,000 ਰੁਪਏ ਦਾ ਕਲੀਨ ਖਰੀਦ ਕੇ ਲਿਆਣਾ ਮੈਂ ਸਾਰਾ ਦਿਨ ਚੁੱਕ ਕੇ ਫੇਰਦਾ ਰਹਿਣਾ ਰਾਤ ਨੂੰ ਜਦੋਂ ਤੱਕ ਜਾਣਾ ਤੇ 1400 ਦਾ ਵੇਚ ਦੇਣਾ ਇਹਨਾਂ ਗੱਲਾਂ ਦੀ ਵੇਲੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਣਾ ਉਹ ਰੋੜੀ ਵੀ ਪੁੱਛੇ ਆ ਆਰਾਮ ਹੀ ਨਹੀਂ ਆਇਆ ਮੈਂ ਬੜਾ ਕੰਮ ਕੀਤਾ ਆਰਾਮ ਨਹੀਂ ਆਇਆ ਮੈਨੂੰ ਤੂੰ ਚੰਗਾ ਨਹੀਂ ਲੱਗਦਾ ਬਸ ਉਹ ਤੇ ਠੀਕ ਹੈ ਤੇਰਾ ਮਿਹਰਬਾਨੀ ਹੈ ਇੱਕ ਹਫਤਾ ਮੈਨੂੰ ਤੇਰਾ ਮੇਰ ਮਾਫੀ ਦੇ ਦੇ ਮੈਨੂੰ ਤੇਰਾ ਮਿਹਰਬਾਨ ਕਿੱਡਾ ਵਾਲਾ ਪਠਾਨ ਹੈ ਤੇ ਬੁੱਢੀ ਦੇ ਥੱਲੇ ਲੱਗਾ ਹੈ ਜੇ ਪਠਾਨ ਨਹੀਂ ਥੱਲੇ ਲੱਗ ਸਕਦਾ ਇਹ ਸਿਰਫ ਪੰਜਾਬੀਆਂ ਦੀ ਡਿਊਟੀ ਹੈ ਥੱਲੇ ਲੱਗਣਾ ਕੋਈ ਪਠਾਨ ਪੰਜਾਬੀ ਨਹੀਂ ਹੁੰਦਾ ਸਿੰਧੀ ਬਲੋਚੀ ਸਭ ਭਾਈ ਭਾਈ ਹੈ
ये सारे भाई हैं, भाइयों की आते हैं, आपस में मिलते हैं, सारा बूढ़ी के तले लगा होता है। अब्दुल मान यहाँ बात है, किथे मर गया तू? इधर ही मर गया, इधर ही मर गया। जा मेरे पुत्र वास्ते दो गिलास शरबत ले के आ। कोई शरबत मांगण नहीं आओ है, ना क्या सादा पानी भी नहीं पूछना है। हां मेरी इज्जत करया कर ओए, मैं इस घर दा होना सोरा वा। और तू नहीं सोरा बनना, सौरी दिए क्यों? वकील बाबू का करोड़ रुपए का पर्ची निकल आया। वो अपनी बेटी का चौधरी शादी अपनी बेटी का वकील बाबू के साथ पड़ा। ऐसा नहीं, सारे घर इर्द गिर्द चक्कर लाते पे। और तेरा क्या ख्याल है? क्या हो गया की कहता भाई गुल खान सुन के सही? क्या चौधरी है जो वो अपना बेटी नजमा का शादी अकील बाबू के साथ कर रहा है? और तू झूठ तो नहीं बोलता? नहीं यार, सच बोलता है, पठान आदमी है, सच बोल। तेरी अपनी आख तो नहीं नजमा दे? नहीं, मैं नजमा ते आख नहीं रखिया होया। पहले मैं रखिया होया सी ओदे ते, फिर जदो इत्थे बिल्ली आ गया फिर मैं ओदे तो आख चोक के ते ओ बिल्ली ते रख लिया। अच्छा? हां ओदे ते आख रख लिया। ए फिर ओदे तो चोक के हुण किधरे को नवी तान लगेगी ते ओदे रख। चवला मारने पागड़ा आदमी प्यो चवला ना मारे तो तू कितो आना सी? बाप बाप होता है, उसे नहीं बोलता, वो जो मर्जी करे, वो बाप का ड्यूटी बड़ा सख्त होता है। बाप बड़ी पूछना चाहिए क्या कर रहा है, वो बाप होता है बस उसका ड्यूटी। हाँ मुंह बटा कर नहीं, कैसे पानी चला के सोया वो रहन दियो, मेरे को एडा नहीं चुके आ जाना और बटा कर। इतना मजा आया पता नहीं क्यों हमको पता है। क्या तुमको कैंसर है? मैनू कैंसर नहीं, मैं पूरे टब्बर नु करोड़ रुपए दा कैंसर होया है। मेरा कैंसर? हां मेरा कैंसर, मेरा तो करोड़ दा इनाम निकले है। इनाम? हां ओ भाई इतना लालची लोग, तुसी तो मेरे शहर में लालची लोग नहीं होता। अच्छा हां तो शादी कर लो। तुम्हें बताएगा जहाँ बाबा जानी बोलेगा वहाँ शादी करेगा। ओए मैट्रिक पास बांदरी के बच्चे, क्या बकवास कर रहा है हमारी बेटी के साथ? क्या कह रहा है तू? क्या कह रहा है ये? शादी का कह रहा है? इससे शादी करने से बेहतर है तू चरस शुरू कर दे। अब बात करो तुम कुत्ते बिल्ली की मुश्तर का औलाद। ये तो मैं बाड़े का मरासी लग रहा है। तू शादी करेगा इसे लाइसेंस याफ्ता बेगैरत? खबरदार ऐसी बात किया तो बाबा जानी शादी के बाद किया है, हम अपनी बेटी का शादी उधर कर देता है। अच्छा अभी और इसी वक्त तुम्हारे ऐसी शादी होगा, अभी अगर नहीं करेगा तो टूट करेगा। बेटी क्यों नहीं करेगा? किस तरह भूल जावा तू मेरे बचपन की मांग है? जो कुछ भी है मगर ये जालिम समाज हम दोनों के दरमियान दीवार बन गया है। मेरा लालची बाप वकील के साथ मेरी शादी करना चाहता है। किस तरह भूल जावा वक्त याद कर, बचपन च असीं कट्ठे खेड़े आ, चोरियां तू करदी सा ते मार मैं खाना सा। ओह वक्त याद कर, किराए ते साइकिल मैं लिआंदा सा चलांदी तू सी। ओह मैं किस तरह गल भुल जावां अपने प्यो नूं समझा कि दौलत आने वाली चीज़ है साडी मुहब्बत ना खेड़न। जो कुछ भी है मैं अपने बाप के सामने नहीं बोल सकती, तुम अपनी अंगूठी भी वापस ले लो। अंगूठी तू अपने कोल ही रख। क्यों? ए मेरे प्यार दी निशानी समझ के हमेशा तू अपने थाई पाके रखी, मैं समझांगा मैनूं मेरे प्यार दा इनाम मिल गया। नहीं मैं इसे नहीं रख सकती, बस जो कुछ भी है तो मुझे भूल जा, भूल जा। डैडी कहने सा ना, डैडी कहने सा पाकिस्तान च भलाइया दी बड़ी इज्जत करते, ये तो सारी इज्जत ही पुठी होई। मैं कह रोटी ले आओ, कहता अपने भांडे ले आओ। बेवकूफ मुसलमान, मैं बेवकूफ
मुसलमान हाँ। डैडी डैडी आपने मुझे यहाँ लाकर फंसा दिया। डैडी कहाँ जाऊँ मैं फिर? ओ ब्यूटीफुल वंडरफुल हाउसफुल माशाल्लाह चंद चंद के सामने आ गया। चंद चंद के सामने नहीं आ गया, चंद रूड़ी के सामने आ गया। ऐसी ना हाँ कौन तुम? मेरा नाम है बिल्ली। ओ ठीक तू कौन है? बकर बिल्ला। मैंने पूरी दुनिया घूमी है लेकिन ऐसा हुसन पहली दफा देखा है। मैं भी अपनी पूरी जिंदगी ची डैड का बच्चा पहली बारी देखा है। देखो ऐसी ना अगर मैं कहूँ कि तुम मुझे अच्छी लगती हो, मैं तुमसे प्यार करता हूँ, तुमसे शादी करना चाहता हूँ तो फिर सोची भी ना मर जाने। सोची भी ना क्यों? मैं गोरी चिट्टी तू काला सिया। चंगा समा बच्चे डबक डबे होंगे। तू बच्चे तक ही पहुंच गया। देखो की देखो मैं तुमसे शादी करना चाहता हूँ। तू कितों आया? तू अमरीका से? तू अमरीका तो आया? हाँ अमरीका च बिलालगंज है वे। अमरीका च बिलालगंज? ये कुड़ी मैनू काफी खजल होने लगती है। नेवर माइंड नेवर माइंड ना ओ आई आई बस ये नहीं होगी मेरी गल सुन। मर जाने ना बोल ना बोल मुंह तेरा पतो की आला बोली तू डिफेंस दी बोलन दे। तुम चाहे जो मर्जी कहो लेकिन मैंने ऐसा हुस्न देखा ही नहीं कभी। मैं भी अड्डा काला मुंह कभी नहीं देखा। मैं तुझसे शादी करना चाहता हूँ। शादी जा कर कर मेरी करानी तेरे में शादी। काला 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 इतनी नफरत करते हो काले रंग से अगले दौर च बम चल रहे तेन यह नहीं लपना पा। अगले भरा प्यो कह दिए तू समझ अगले ने प्रोग्राम भी पूछ दिया की पेड़ मारेंगे। हाल में तेरा खावन बनया नहीं चपेड़ा मारेंगे। मैं तुमसे रिक्वेस्ट कर रहा हूँ रिक्वेस्ट कर रहा हूँ देखो मर जाना पुठा वहीद मुराद। मैं तुम्हें हवाओं में उड़ा के ले जाऊंगा। तू मैं हवाओं में ले जाएगा? हाँ। तू जहां से? तुम्हें पता नहीं मैंने पूरी दुनिया घूमी है। मैं अमेरिका गया हूँ अफ्रीका गया हूँ डेनमार्क गया हूँ स्विट्जरलैंड गया हूँ। स्विट्जरलैंड में 10 दिन रहा हूँ सिर्फ। ऐने थोड़े दिन बस वो मुझे पसंद नहीं आया सफाई बहुत थी वहां। बस छोड़ो सारी बातें छोड़ो। देखो अगर दुनिया पे इंसान आया तो उसको प्यार से बोलना चाहिए। अच्छा इतनी खूबसूरत तुम अगर तुम प्यार से बोलो तो और ज्यादा खूबसूरत लगो। किधर नाल बोलो प्यार से बोलो जानू शाम को जल्दी आए ना। की हैरान बेचे हो जे भी जानू होंदे ने की होया कह दे सही अगे अड़न नहीं तू बोल ला बेच। एक महीना कह देखी तू कितनी सोहनी लगती बहुत सोहनी लगी कह जानू शाम को जल्दी। जामनू 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 तू भी उत्थे पहुंचे होना शाम नू। चले जा चले जा ये तो कोई महल का बंदा निकला। कोई बात नहीं है तेरे देवर ने जान दे तेरी बेटी तू हाँ कर जाए प्यार तेरी मेहरबानी यार वेला यार गरीब है यार वेला वेला अगे मेरिया 6 मंगनिया तोड़ाइया तेरी मेहरबानी। तुम मुझसे शादी कर लो। हाँ कहो जानू शाम को जल्दी आए कह दे अल्लाह वारस से कह दे रौला पे आ गया गई। चल मैं इधर मुँह करना चल क्या क्या जानू जानू शाम को जल्दी आ जाना। मैं जाना ही नहीं मैं कल कह गया छुट्टी दफ्तरों छुट्टी। अड़ा शोहा ना सुचा जान निकला। देखो इत्तेफाक से सावन का महीना है। हाँ हाँ ये मौसम ये मस्त नजारे
प्यार करो तो इनसे करो। चलन तू भी गाना गा। केड़ा? काला शाह काला मेरा काला दिलदार। ऐडा तू काला शाह काला। एक तू गाना गा एक मैं गाना। जब तक मेरे साथ साने प्यार मेरा ईमान रवेगा। दुनिया बदले तू ना बदली है तेरा एहसान रवेगा। प्यार मेरा ईमान रवेगा। तो नुकसान ही कोई नहीं सन तू मेरा को छा मेरा कोई दिखो जी। तुम मेरे से शादी कर लो। मैं नहीं करानी शादी। होगी शादी जय साहब जय साहब। ये शादी होगी जय साहब। इस औरत ने मुझे 5 साल खजल किया जय साहब। मैं अपना हक मानता हूँ। ये शादी होगी जय साहब। मर जाना केड़ी अदालत ला ले यूं कोई नहीं आएगा। शादी होगी तेरा प्यो भी करेगा शादी। जा मेरे प्यो में करा ले फिर तेरा अपना ही जिम्मा ही। की है ना की है किड्डा को बुरा ना किड्डा को बुरा। तू बहुत बुरा तेनू आप नहीं पता तू किन्ना बुरा है। तेनू शादी तो बाद महीना की तकलीफ होनी फिर तू आधी होना। रिश्ता नहीं पसंदा है बैठी रही उम्र लंघ जाती चिट्टे वाल हो फिर पागल होके गलिया भी फिर मेरी तो किस्मत ऐसी है जा मेरा तो कभी ख्वाब की कुड़ी नहीं आई। मैंने जो ख्वाब आया बस उल्ट गई छत्ती मंगे मर गए। ਅਸੀਂ
तेरी नाम मुरादा तू मेरी धी नाल इश्क दियां पीना बगावे तेनू मना कीता सी ना पंछी जी एनू ऐसी जगह ते लेके जाओ जिथे पानी ना लभे ठीक है तेनू गुलशन आ भी लैना उथे दो दिन तो पानी नहीं आंदा झुकता ना कर तेनू मार मार तेनू खाना का मैं इश्क कीता चाचा जी अपनी धी दा रिश्ता मेरे चोले च पा दियो मैं इश्क कीता चाचा जी अब्बा जी अब्बा जी ये नासा थले ठुडे मारो बड़ी सोहनी थां बनाई है नासा दे थले ए बोलदा नहीं चबला जिया बेचारा तेनू लगे ते नगी दा लगे पता साडी नगी नू तू की जाने हुंदी आशक तू करदी कदर साडी तू मशूक है तेरी बला जान मैं हूर, ए लंगूर, ए सूर अच्छा बेटा बात सुनो तुम्हारा शादी हो गया है ठीक हो गया है लेकिन रुख्सती 4-5 माह बाद होगा क्यों वो इसलिए कि पहले भी बताया कि लड़के भी बालक नहीं है अच्छा जैसे बच्चों का निकाह हो जाता है ना वैसे निकाह तो हो गया है लेकिन रुख्सती 3-4 माह बाद होगा लो एडा खुशक जिया व्याह चल किन्ने महीने 3-4 माह बाद चलो खैर तू फिर ले जाऊंगे होंगे देर अल्लाह दो बात क्या उतनी देर तक बातें माते कर सकते हो और बातें करेंगे अरे बात सुनो जरूरी बात कर रहा है इस शादी का किसी को बताना नहीं है अच्छा वरना नजर लग जाएगी अकील पुत्र है अकील पुत्र किथे चला गया अशरा वाले के होया आला है हार पाए शादी जनाब केड़ी शादी शादी वाले के तो दोस्त रहता है उससे मिलना मिलना था केड़ी शादी और ना मुरादा ए हार किने पाया ए जनाब रोटी खाती पुलाव पका सी ओए हार किने पाया ओए ओ साइकिल से उतरा जरा साइकिल से किथे गया सब मामला वास्ता दस्ते किथे लग गया सब हमारा हाल है तू क्यों नाराज मैंने तो कोई दाल च काला काला लगदा है बस सुनो मोटरक अच्छा मोटरक देख पुत्र अकील मैं तेरे ना एक ऐ की कीता है वो कहंदा है कि मोटरक किथे लग किथे लग पुत्र मैं तेरा ब्याह अपनी ना करना चाहना हमने इससे मेले अंदर निकाह खा के बैठना ही तू भी करो बिस्मिल्लाह काम पर गया करो तेरा ब्याह हमने इससे मेले अच्छा कुटू दे नार बस ठीक है पुत्र तू अब्बा जी मैं सच हाय मैं मर गई मेरे ओ ना क्या अब्बा जी बड़ी खोज चले अब्बा जी निकाह खासा बने दबा दबा के निकाह बना लो फिर उन्होंने जाके जनाजा भी बनाना है ए नहीं मानदा पिया जी तुसी क्यों नहीं मानदे मान जा ना मैनु ये दसो ए कुड़ी बाग और मैं कह ये तो बालक है ना देखने की डेर निकल इधर तू किधर आन दिया है भाला दे अभी ओ की हो गया यो और ना करो मामा जी ओ आप की ताड़ा ताड़ा था मेरे पुत्र का करोड़ पैदा नाम निकला मैं भी जान लेता अरे तू दौलत पीछे पागल हो गया चौधरी अपनी हाँ क्या जो करना चाहता कह जो कहना चाहना है तू तो पीछे पागल हो गए अपनी धी की जिंदगी बर्बाद ना कर चौधरी गलत था क्यों मेरी भैन मर गई वादा भी मर गया
ਮਾਮਾ ਲੇਕਿਨ ਤੁਸੀਂ ਤਾਂ ਮੈਨੂੰ ਆਪਣਾ ਪੁੱਤਰ ਬਣਾਇਆ। ਚਲੋ ਵੀ ਅਰੀ ਮੈਟ੍ਰਿਕ ਤੇ ਫੇਲ ਹੋ ਗਿਆ ਤੂੰ, ਤੇਰੇ ਨਾਲ ਦੇ ਮੁੰਡੇ ਮੈਟ੍ਰਿਕ ਨੂੰ ਪੜਾਉਣ ਲੱਗ ਪਏ ਨੇ, ਤੁਹਾਡੀ ਫੇਲ ਹੋ ਗਏ। ਮਾਮਾ ਮੇਰੀ ਗੱਲ ਗੱਲ ਖੋਲ ਕੇ ਸੁਣ ਲੈ। ਚੱਲ ਤੂੰ ਤੇ ਕਹਿ ਰਿਹਾ ਸਾ ਮੇਰੇ ਪੁੱਤਰ ਵਾਸਤੇ ਬੜੇ ਰਿਸ਼ਤੇ ਨੇ। ਉਹ ਮੇਰੇ ਪੁੱਤਰ ਨੂੰ ਰਿਸ਼ਤਿਆਂ ਦੀ ਥੋੜ ਨਹੀਂ ਗੀ, ਮੈਂ ਜਿੱਥੇ ਜਾਵਾਂ ਆਪਣੇ ਪੁੱਤਰ ਦਾ ਰਿਸ਼ਤਾ ਕਰ ਦਵਾਂ। ਕਰਦਾ ਕਿਉਂ ਨਹੀਂ, ਮੇਰਾ ਆਪਣਾ ਦਿਲ ਕਰ ਪੈਂਦਾ ਨਾ। ਮਾਮਾ ਜੀ ਸੋਚ ਲੈ, ਇਹ ਵਕਤ ਤੇ ਸੋਚ ਲੈ। ਮੈਂ ਤੂੰ ਪਿੰਡ ਆਈ, ਤੈਨੂੰ ਮੈਂ ਕੁੱਤੇ ਪਵਾਵਾਂਗਾ। ਠੀਕ ਹੈ, ਕਹਿ ਨਹੀਂ ਮੈਨੂੰ ਕੋਈ ਫਰਕ ਨਹੀਂ। ਗੁਲਖਾਨ, ਓਏ ਗੁਲਖਾਨ, ਕੀ ਬਾਤ ਹੈ ਓਏ? ਤਮੀਜ਼ ਨਾ ਹੋ ਨੌਕਰਾ, ਚਲ ਚਲ। ਓਏ ਨੌਕਰ, ਨੌਕਰ ਹੌਸਲਾ ਬੁਲੰਦ ਕਰ। ਓ ਤੋ ਤੁਮ ਯਹਾਂ ਨੌਕਰ ਹੋ? ਨਹੀਂ ਐਸਾ ਕੋਈ ਬਾਤ ਨਹੀਂ। ਨੌਕਰ ਹੋ ਤੁਮ? ਸਲੀਮੀ ਸਾਹਿਬ ਮੇਰੇ ਬਾਤ ਸੁਣ। ਓ ਸਲੀਮੀ ਸਾਹਿਬ ਮੇਰਾ ਕਲੀਨਿਕ ਹੈ ਤੇ ਸਲੀਮੀ ਸਾਹਿਬ ਦੇ ਸਭਾ ਦੀ ਨਹੀਂ ਨੌਕਰ। ਤੁਮ ਨੌਕਰ ਮੇਰਾ ਕੰਮ ਨਹੀਂ ਕਰ। ਡੜੀ ਡੜੀ ਸਲੀਮੀ ਸਾਹਿਬ ਮੇਰੇ ਡੜੀ ਡੜੀ ਤੋ ਸਾਹਿਬ ਮੇਰੇ ਸਾਹਿਬ ਇਹ ਖਾਨੇ ਦਾ ਨੌਕਰ ਹੈ। ਨਹੀਂ ਇਹ ਨੌਕਰ ਹੈ ਤੇ ਭਾਈ ਹੋਰੀ ਇੱਥੇ ਐਸਾ ਚੋਂ ਲੱਗੇ। ਓਏ ਬਾਤ ਆਰਾਮ ਸੇ ਕਰੋ ਗੰਜੇ, ਇਹ ਗੰਜਾ ਨੌਕਰ ਹੈ, ਇਹ ਨੌਕਰ ਨਹੀਂ ਹੈ। ਇਹ ਨੌਕਰ ਹੈ। ਓ ਚਲੇ ਦੌੜੋ ਓਏ ਓਏ, ਰੁਕ ਕੇ ਆਊਗਾ ये नौकर तो फिर क्या हुआ? हमने सुबह दी है। नहीं नहीं नहीं, नौकर है तो नौकर की बहन के साथ शादी होगा। मैं नहीं करेगा नौकर की बहन शादी। फूल खा है तेरा भैया होने वाला है। नहीं ये तेरी बहन सड़ गई है जरा इन। खूबसूरत लड़की का शादी अकील बाबू के साथ कर रहे? गोल खान, लड़की हमारी है, तुम कौन होते हो इस मसले में बोलने वाले? ठीक है तुसी जमी होई है, मगर मैं भी ऐसे ही पैर ना मापे यार। हम भी नौकर हैं, हमें ख्याल करना चाहिए। वो काले के साथ उसका शादी बना रहे, क्या हो गया? गोल खान, जाओ यहाँ से बुला के लाओ। तो बनाना ही शादी थी, और देना क्यों बनाते? ऐसी भी है गजड़ बन रहे। जल्दी से जाओ वकील बाबू। वंदना हो लो जी, हार पुआ दिता, मले का चक्कर लोहा के छुरी फेर लो। चलो बेटी। बेटा ये हार कैसा? हार वो हार कीता है मैंने। अच्छा अच्छा, पाई जान दे ने, पाई जान दे ने। और शुक्र है पालक ने। अच्छा भाई जान ने पहनाया? हाँ जी हाँ जी। गुलखान जाओ, तुम सेहरा लेके आओ। मैं सेहरा लेके आनी? सेहरा लेके आनी? चलो ठीक है। मैं क्या काम पखे है? मौलवी साहब कुछ चाची नाल जायज है? आज और नहीं जायज। मैं क्या ऐ सेहरा क्यों बंद है? वो लाड़े का मुंह बड़ा बुरा होंगे ना तो बंद। ਏਡਾ ਵੱਡਾ ਸੇਰਾ ਲੈ ਆਇਓ, ਇਨਸਾਨ ਦੇ ਸੇਰ ਵਾਲਾ, ਨਿਆਉਲੇ ਦੇ ਸੇਰ ਵਾਲਾ ਲੈ ਆਉਣਾ? ਹੁਣ ਸਾਰਾ ਹੀ ਗੰਦਾ ਹੈ, ਕਿਹੜਾ ਕਿਹੜੀ ਤਾਂ ਲੁਕਾਵਾਂ ਮੈਂ? ਆ ਯਾਰ ਮੱਥੇ ਤੇ ਬੰਨ। ਮੱਥੇ ਤੇ ਬੰਨ ਦੀਆਂ ਤੇ ਥੱਲੇ ਕਿਹੜੇ ਗੁਲਾਬ ਦੇ ਫੁੱਲ ਲੱਗੇ ਹੋਏ?
चलो ये तो लुक गया हूं उत्ते मिट्टी सुटा करे यार इनी देर पहले बन दिता सेरा सड़ के चढ़ जाना है। चलो आप जल्दी कर वो सेरा नहीं पूरा आ रहा है तो मुंह ते शॉपर चढ़ा दे गुल खान कोशिश तो करो जल्दी कर फिर रूफ भी चढ़ना है। तेनू हूं रूप नहीं चढ़ना तेनू कीड़िया चढ़नी रूप ने इतने चढ़ के पैर गंदे कर देने। चलो इधर से पकड़ के रखो चौधरी साहब को बुलाओ। ओ चौधरी ओ चौधरी दुल्हा भैया तैयार हो गए क्या? तैयार हो गए दबड़ा दियो जल्दी निकाह पढ़ाओ मैं नींद भी आ रही है। उधर होकर पांच छह बैठ के कट करी नींद मुके। ओहो डैडी मैं ये घूंघट उठा तो मुझे नजर कुछ नहीं आ रहा। तू चुकड़ा घूंघट इनू ना सेरा चुकड़ दे भी मैं देखता नहीं तो दिल कटा हो जाएगा। डैडी अब आज मेरी बेटी की खुशी का दिन है। खुशी का कोई नहीं है आप सोच रहे आप मुझे कुएं में धक्का दे रहे हैं। तेरा भी दिमाग खराब हो गया कुआं नहीं छपड़े च धक्का दे रहे हैं। बेटी अगर इसके साथ गुजारा करना है तो हौसला बुलंद करना पड़ेगा। वो चलो दौड़ो हाँ काका जे सेरा नहीं ना टिकता इतने सुराख करा के सिरी में वाड़ दे। वो तो चलो सिरी वाड़ देगा तू इतने केले टुकाए सड़ो साढ़े जमाने से इन्ने वाल होंगे सन याद है इन्हों की उम्र फस जाती होंगे कि कई ऐसी फिर कहीं करके कटनी है। निकाह खान को लेके आना क्या बात है वो अंदर है गायक। उसको कह रहा होगा मामू को वही को आया भाई जान ने बुलवाया होगा। वही ये इसे तो मैं जानता हूँ आओ जनाब आओ वही तो मजा आया निकाह खान है। सलाम अलैकुम बैठो बैठो ये निकाह रफू करना है मुझे यार नहीं यार अच्छा अच्छा हुसैन मंजन यार ना तंग करो उसने नया नया निकाह का काम शुरू किया तंग नहीं करो उसको। ओए ते होम इकोनॉमिक्स का नहीं प्रोफेसर नहीं सर वो नहीं पागल है प्रोफेसर सर कर दे की सनो से ए कुड़िया नु अंडा तोड़ना दस दे सर वो अकल कर यार चलो यार चलो और ये वो नहीं है अभी इसने निकाह का काम शुरू किया यार पहले ये थे साइकिल किराए थे देता हूं ऐलान होया आइए हम आपको कराची लिए चलते हैं ये सामान बनकर स्टेशन पे पहुंच गए। यार कल करो क्या कर रहे ये बात नहीं करन दिया ओए चलो छोड़ो इसको इन्हें पहचानया नहीं तानू जनाब ओए ओने पहचान लिया अफसर ने अच्छा हां हां गोदाम च चूहे गिनदे रहे। यार नहीं ऐसे करो पागल हो गया ओए कल्ला करना तू ओना दे गुस्से तो वाकिफ नहीं बड़े गुस्से वाले ने एक दिन बकरी ला के पास से भड़ गया। अच्छा ओथे इन्हों की लड़ाई हो गई उन्होंने कहते ना जे मेरा जनाना साथ ना ना होता यार पागल हो गए ये वो नहीं है बेवकूफ बड़ा कारोबारी आदमी अच्छा इस स्कूल आए चाक वाला चूरन बेचता है यार इंजीनियर है कीड़िया दे स्वेटर होंदे है पजामे नू नेफा इन्हें पाया जानती आदमी हो तू पहले पजामे ते लैंडर पहनता सी पागल हो गया। चलो यार ए कोई ए निकाह नहीं बनांदा जादू कर भी है। अच्छा इन्हें जादू करके अपनी मां नु फूफी बनाता सी ओ यार नहीं करो पागल हो गए यार ओ गलत काम हो गया मदारी है मदार।
ਇਧਰੋਂ ਨਾਲੇ ਪਾਣੀ ਵਾੜ ਕੇ ਇਧਰੋਂ ਕੱਢ ਲਈ ਯਾਰ ਨਾ ਇਹਨੂੰ ਕੀ ਬੋਲਦੇ ਯਾਰ ਪਾਗਲੋ ਕਿਤੇ ਕਰਾਂਗੇ ਭਾਈ ਆਪ ਕੋ ਪਤਾ ਨਹੀਂ ਹੈ ਨਾ ਨਾ ਮੁਰਾਦ ਇਹਨੂੰ ਪਤਾ ਨਹੀਂ ਹੈ ਤੁਹਾਡੇ ਆਪਣੇ ਛੇ ਖੋਤੇ ਨੇ ਪਾਗਲੋ ਇਹ ਬੜੇ ਸ਼ਰਾਰਤੀ ਨੇ ਅੱਛਾ ਕੀ ਸ਼ਰਾਰਤ ਕੀਤੀ ਸੀ ਇਹਨਾਂ ਨੇ ਇਹਨਾਂ ਨੇ ਬੜੀਆਂ ਸ਼ਰਾਰਤਾਂ ਮਰੇ ਪਿਓ ਦੀ ਧੁੰਨੀ ਚ ਖੁਰਕ ਕੀਤੀ ਹੈ ਉੱਠ ਕੇ ਬਹਿ ਗਿਆ ਜੇ ਉਹਨੇ ਕਿਹਾ ਇੰਜ ਹੀ ਮਰਨਾ ਤੇ ਰਹਿਣ ਮੈਂ ਇਹਨਾਂ ਦੀ ਇੱਕ ਹੋਰ ਸ਼ਰਾਰਤ ਸੁਣੀ ਕਿਹੜੇ ਵਾਲਾ ਇਹਨਾਂ ਦੀ ਮਾਂ ਬਿਮਾਰ ਹੋ ਗਈ ਡਾਕਟਰ ਨੇ ਕਿਹਾ ਇਹਨੂੰ ਬੋਤਲ ਲਵਾਓ ਅੱਛਾ ਇਹਨਾਂ ਨੇ ਇਹਨੂੰ ਪੈਪਸੀ ਦੀ ਬੋਤਲ ਲਵਾ ਦਿੱਤੀ ਮੈਂ ਇਹਨੂੰ ਸਮਝਾਤਾ ਯਾਰ ਬੈਠੋ ਇੱਥੇ ਬੈਠੋ ਯਾਰ ਬੈਠੋ ਉਹ ਨਹੀਂ ਬੈਠੋ ਮੈਂ ਹੌਸਲਾ ਦੇ ਕੇ ਉਹਦਾ ਮੂੰਹ ਚੁੰਮਦਾ ਬੜਾ ਫਰਾਡੀਆ ਜੇ ਅੱਛਾ ਪੀਲੇ ਰੰਗ ਨੂੰ ਚਿੱਟਾ ਕਰਕੇ ਵੇਚਦਾ ਯਾਰ ਨਹੀਂ ਐਸੇ ਕਰੋ ਪਾਗਲ ਚਲੋ ਸ਼ੁਰੂ ਕਰੋ ਯਾਰ ਹੁਣ ਗੁੱਸਾ ਚੜ ਗਿਆ ਨਾ ਉਹਨਾਂ ਨੇ ਸੇਰ ਮਿੱਟੀ ਇੱਥੇ ਹੀ ਖਾ ਜਾਣੀ ਇਸਤਰੀ ਬਣਾਉਣੀ ਸੀ ਚਲੋ ਸ਼ੁਰੂ ਕਰੋ ਨਿਕਾਹ ਸ਼ੁਰੂ ਕਰੋ ਮੈਂ ਤੁਹਾਨੂੰ ਜੁੱਤੀਆਂ ਵੀ ਮਾਰਨੀਆਂ ਚੌਧਰੀ ਤੁਸੀਂ ਆ ਪੀ ਨਾਲ ਪਾਉਂਦੇ ਮੈਂ ਕਿਹਾ ਜੇ ਤੇ ਲਾਮ ਕਾਫ ਚੌਧਰੀ ਮੈਨੂੰ ਪਤਾ ਇਸ ਤਰ੍ਹਾਂ ਹੀ ਹੁੰਦਾ ਚੌਧਰੀ ਲਿਖਾਣਾ ਤੂੰ ਚਟਾ ਗਾਂਡ ਲਿਖਾ ਚੌਧਰੀ ਅਕੀਲ ਵਰਦ ਵਰਦ ਚੌਧਰੀ ਜ਼ਲੀਲ ਵਰਦ ਚੌਧਰੀ ਖਲੀਲ ਜਨਾਬ ਚੌਧਰੀ ਖਲੀਲ ਫੇਰ ਦਾ ਨੁਕਤਾ ਉੱਤੇ ਹੁੰਦਾ ਜੇ ਉਹ ਯਾਰ ਤੂੰ ਤਲੇ ਪਾਦੇ ਮੈਂ ਆਪੇ ਚੌਕੇ ਉੱਤੇ ਰੱਖ ਉਹ ਤੁਸੀਂ ਇੰਜ ਕਰੋ ਕਿੰਨੇ ਵਾਲੇ ਬਣਾ ਦਿਓ ਆਪੇ ਵਾਰਨਾ ਆਪਣੀ ਆਪਣੀ ਥਾਂ ਤੇ ਚਲੇ ਜਾਣਾ ਉਹ ਯਾਰ ਮੈਨੂੰ ਆਉਂਦਾ ਨਾ ਵਿੱਚ ਬੋਲੋ ਦੋ ਗੁਲਾਬ ਲਾ ਲਓ ਜੀ ਇੱਕ ਮਾਇਆ ਜੀ ਇੱਕ ਆ ਗੁਰਖਾ ਉਹ ਮੈਂ ਨਹੀਂ ਉਹ ਮਨਸ਼ੀ ਆ ਤੇ ਚਗਵਾਈ ਦੇਣੀ ਚਲੋ ਲੜਕੀ ਦਾ ਨਾਮ ਨਜ਼ਮਾ 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 ਵਲਦ ਵਲਦ ਉਹਦਾ ਨਹੀਂ ਕੇਸ ਚੱਲਣ ਡਿਆ ਇਹਨੂੰ ਨਹੀਂ ਪਤਾ ਕਿ ਤੁਹਾਡਾ ਵੀ ਚੱਲਣ ਡਿਆ ਲੜਕੀ ਦਾ ਨਾਮ ਲੜਕੀ ਕੇ ਪਿਓ ਦਾ ਨਾਮ ਲਗਾਓ ਯਾਰ ਲੜਕੀ ਦਾ ਨਾਮ ਫਿਰ ਚੌਧਰੀ ਅਬਦੁਲ ਜੱਬਾ ਇਹ ਤੇ ਤੂੰ ਆਪਣਾ ਲਗਾ ਦਿੱਤਾ ਅੱਛਾ ਤੇਰਾ ਕੁੜੀ ਚਲੋ ਨਜ਼ਮਾ ਵਲਦ ਅਬਦੁਲ ਜੱਬਾ ਭਾਈ ਨਜ਼ਮਾ ਬੀਬੀ ਅਕੀਲ ਵਲਦ ਖਲੀਲ 32 ਰੁਪਏ 8 ਮੈਂ ਹੱਕ ਮੈਂ ਤੈਨੂੰ ਆਪਣਾ ਨਿਕਾਹ ਚ ਕਬੂਲ ਹੈ ਕਬੂਲ ਹੈ ਯਾਰ
ਲਵੇਗਾ ਤੇ ਬਲਾਲਗੰਜ ਤੋਂ ਦੂਜਾ ਪੁਆ ਲਵੇ। ਕਬੂਲ ਹੈ? ਕਬੂਲ ਯਾਰ ਕਹਿੰਦੇ ਨਹੀਂ ਪੀ। ਆ ਮੁੰਡੇ ਨੂੰ ਵੀ ਕਬੂਲ ਹੈ? ਕਬੂਲ ਹੈ, ਕਬੂਲ 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 ਕੋਈ ਇੰਨਾ ਬੜਾ ਕਿਸ ਤਰ੍ਹਾਂ ਕਬੂਲ? ਮੇਰੀ ਰਿਹਾਸਲ ਹੀ ਇੰਨੀ ਹੋਈ ਹੈ। ਲਓ ਜੀ ਮੁਬਾਰਕ ਹੋਏ, ਸਲਾਮ ਕਰ ਦਿਓ। ਲਓ ਪੈਨ ਨਹੀਂ ਚੱਲਦਾ। ਓ ਯਾਰ ਛੇਤੀ ਕਰੋ, ਫਿਰ ਉਹਨਾਂ ਜਾ ਕੇ ਰੇੜੀ 'ਚ ਵੀ ਖਲੋਣਾ ਹੈ। ਸਾਈਨ ਕਰੋ ਜੀ। ਸਾਈਨ ਨਹੀਂ ਕਰ ਸਕਦਾ, ਅੰਗੂਠਾ ਲਾ ਦੇਣਾ। ਲਓ ਜੀ ਮੁਬਾਰਕ। ਖੈਰ ਮੁਬਾਰਕ। ਮੁਬਾਰਕ ਹੋਏ ਜੀ। ਖੈਰ ਮੁਬਾਰਕ ਜਨਾਬ। ਜੀ ਸਾਹਿਬ, ਅੱਲਾਹ ਤਾਲਾ ਨੇ ਤੁਹਾਨੂੰ ਖੂਬਸੂਰਤ ਬੀਵੀ ਦਿੱਤੀ। ਅੱਲਾਹ ਕਰੇ। ਹਾਂਜੀ। ਅੱਲਾਹ ਮਸਾਇਆ ਵੀ ਨਾ ਕੋ। ਅੰਬਦੇ ਬਣਿਆ, ਛੱਡੋ ਇਸ ਗੱਲ। ਜਾਂਦੇ ਜਾਂਦੇ ਬਦਲਾ ਲਾ ਗਏ ਨੇ। ਬਦਲਾ ਸਾਰੀ ਗੱਲ ਲਵੇਟ ਕੇ ਲੈ ਗਏ ਨੇ। ਸਭ ਕੋ ਮੁਬਾਰਕ ਹੋ, ਮੇਰੀ ਬੇਟੀ ਨਜਮਾ ਕੀ ਸ਼ਾਦੀ ਅਕੀਲ ਬੇਟੇ ਸੇ ਹੋ ਗਈ। ਪਰ ਅਕੀਲ ਦਾ ਵਿਆਹ ਤੇ ਮੇਰੀ ਕੁੜੀ ਦੇ ਨਾਲ ਹੋਇਆ ਹੈ। ਓ ਯੇ ਕੀ ਬਾਤ ਕਰਦਾ, ਅਕੀਲ ਕਾ ਸ਼ਾਦੀ ਤੋ ਇਸਕੇ ਸਾਥ ਹੁਆ ਹੈ? ਤਿੰਨ ਤਿੰਨ ਵਿਆਹ ਕੀਤੇ ਨੇ? ਤਿੰਨ 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 ਨਹੀਂ, ਚਾਰ ਚਾਰ ਚਾਰ। ਆਇਆ ਬਿੱਲੀਏ, ਕੋਈ ਗੱਲ ਨਹੀਂ, ਮੇਰੀਆਂ ਤੇ ਚਾਰ।